ਸੀ ਲਾਸੰਨੀ ਤੁਸਾ ਕਹਿਤਾ ਕਹਿੰਦੇ ਵੀ ਭਾਈ ਇਦਾਂ ਐ ਭਈ ਮੈਂ ਮੇਰਾ ਜ਼ਿੰਦਗੀ ਚ ਕਦੇ ਵੀ ਨਾ ਕਰਨਾ ਰਿਕਾਰਡ ਕਰੀ ਅਜ ਉਹ ਅਕਦਾ ਕਰਦੇ ਜੀ ਉੱਥੇ ਪਹੁੰਚ ਗਿਆ ਉਨੀ ਐਚਐਮਵੀ ਨੇ ਸਿਲੈਕਟ ਕਰ ਲਿਆ ਉਹ ਜਿਆ ਸਾਹਿਬ ਦਾ ਮਿਊਜ਼ਿਕ ਹੋ ਗਿਆ ਜਿਆ ਉਮਰ ਦੀ ਰੋਟੀ ਪੱਕੀ ਹੋ ਗਈ ਬੁੱਤਾਂ ਵਿੱਚ ਜਿੰਦੜੀ ਪੈ ਜਾਵੇ ਮੈਂ ਜਿਹੜੇ ਪਾਸੇ ਤੱਕਦੀ ਆਂ ਬੁੱਤਾਂ ਵਿੱਚ ਜਿੰਦੜੀ ਪੈ ਜਾਵੇ ਮੈਂ ਜਿਹੜੇ ਪਾਸੇ ਤੱਕਦੀ ਆਂ ਅੱਖ ਮੌਤ ਦੀ ਅੱਖ ਵਿੱਚ ਪਾ ਕੇ ਤੇ ਮੇਰਾ ਜਿਗਰਾ ਮੈਂ ਹੱਸ ਸਕਦੀ ਆਂ ਮੈਂ ਨੰਗੇ ਪਿੰਡੇ ਚੱਲ ਜਾਵਾਂ ਹਰ ਛਮਕ ਵੱਜੀ ਤਕਦੀਰਾਂ ਦੀ ਲੋਕੋ ਮੈਂ ਪਾਗ ਮਹੱਤਾ ਬਨ ਰਹਿਮਤ ਗਾਇਕ ਕਹਿੰਦੇ ਇੱਥੇ ਜੇ ਟੈਕਸੀ ਚਲਾਉਣ ਲੱਗੇ ਜੀ ਸ਼ਰਾਰਤੀ ਦੋਸਤਾਂ ਮਿੱਤਰਾਂ ਨੇ ਪਿੱਛੇ ਆ ਕੇ ਕਹਿੰਦੇ ਦੇਵੀ ਦੇ ਪਿੱਛੇ ਬਹਿ ਜਾਓ ਇਹਨੇ ਕਿਹੜਾ ਟ੍ਰਿਪ ਲੈਣ ਜਾਣਾ ਜਦ ਹੁਣ ਉਸੇ ਫੀਲਡ 'ਚ ਆ ਗਏ ਤਾਂ ਤਰਦਦ ਕਿੰਨਾ ਕਰਨਾ ਪਿਆ ਕਿਸੇ ਨੇ ਉਹ ਤਾਂ ਕਹਿਣਾ ਨਹੀਂ ਵੀ ਮੇਰਾ ਗੰਠਾ ਹੈ ਮੇਰੀ ਗਾਲ ਹੈ ਮੇਰੇ ਯਾਰ ਤਰਜ਼ਾ ਨੇ ਤੂੰ ਲੈ ਤੇ ਫਿਰ ਉਹ ਲੱਗਾ ਵੀ ਇੱਕ ਦੋ ਸਿਆਣੇ ਮਿੱਤਰਾਂ ਨੇ ਕਿਹਾ ਕਹਿੰਦੇ ਯਾਰ ਜੇ ਹੁਣ ਤੂੰ ਜਾਣਾ ਪੇ ਉਹਨਾਂ ਚ ਤੂੰ ਸੁਰਜ ਦਾ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਤੂੰ ਨਾਲ ਨਾਲ ਮਿਹਨਤ ਕਰੀ ਆ ਸਿੱਖ ਗਏ ਬੇ ਬੋਲ ਤੂੰ ਆਪਣੇ ਤੇਰੇ ਰੱਖਾ ਨਾ ਦੋ ਵੇਲੇ ਅਸੀਂ ਅਰਦਾਸ ਵਿੱਚ ਸਭ ਦਾ ਭਲਾ ਮੰਗੀਏ ਚੇਤੇ ਦੋਸਤੀ ਰੱਖੀਏ ਕਦੇ ਵੀ ਦੈਰ ਨਹੀਂ ਬਣੇ ਸਾਡੇ ਮੁਰਸ਼ਿਦ ਦਾ ਪਰਿਵਾਰ ਸਾਡੇ ਮੁਰਸ਼ਿਦ ਦਾ ਪਰਿਵਾਰ ਖੇਰੂ ਖੇਰੂ ਜਿੰਨ ਕੀ ਤਾਂ ਅਜੇ ਤੱਕ ਰੜਕਦੀ ਸਰਸਾ ਦੀ ਅਥਰੀ ਲਹਿਰ ਨਹੀਂ ਵਾ ਵਾ ਵਾਗੇ ਪਾਰ ਆਕੇ ਭਾਵੇਂ ਸਾਡੇ ਪੈਰ ਤਾਂ ਲੱਗ ਗਏ ਭਾਗੇ ਪਾਰ ਆ ਕੇ ਭਾਵੇਂ ਸਾਡੇ ਪੈਰ ਤਾਂ ਲੱਗ ਗਏ ਪੁਰਾਣੇ ਯਾਰ ਤੇ ਉਹ ਪਿੰਡ ਕਸਬੇ ਸ਼ਹਿਰ ਨਹੀਂ ਭੁੱਲੇ ਖੁੱਲੀ ਆਵਾਜ਼ ਖੁੱਲੀ ਰੂਹ ਖੁੱਲਾ ਤਕੜਾ ਸਰੀਰ ਮੇਰੇ ਸਾਹਮਣੇ ਦੇ ਬਿਉਣੀ ਬੈਠੇ ਨੇ ਇਉਂ ਲੱਗਦਾ ਜੇ ਮੈਂ ਉਮਰ ਹਲੇ 20 ਸਾਲ ਦੀ ਹੋਵੇ ਪੂਰੀ ਜਵਾਨੀ ਦੇਵੀ ਬਾਈ ਜੀ ਸਵਾਗਤ ਹੈ ਬਹੁਤ-ਬਹੁਤ ਸਤਿ ਸ੍ਰੀ ਅਕਾਲ ਸਤਿ ਸ਼ਕਾਲ ਗੱਲ ਸਭ ਤੁਹਾਨੂੰ ਤੇ ਜਿੰਨੇ ਸਾਡੇ ਪੰਜਾਬੀ ਭੈਣ ਭਰਾ ਸਾਰੇ ਜੁੜੇ ਹੋਏ ਨੇ ਉਹਨਾਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜੀ 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 ਪਹਿਲੀ ਛਰੀਟ ਵਾਈ ਉਹ ਕਦ ਵਾਈ ਉਹ ਸਰ ਹੁਸ਼ਿਆਰਪੁਰ گورਨਮੈਂਟ ਕਾਲਜ ਹੁੰਦੇ ਸੀ ਵਾ 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 ਤੇ ਉੱਥੇ ਹੀ ਫੁੱਟਬਾਲ ਖੇਲੇ ਜੀ ਉੱਥੇ ਹਾਂਜੀ ਸਪੋਰਟਸ ਵਿੰਗ ਹੁੰਦੇ ਸੀਗੇ ਵਾ ਵਾ ਤੇ ਦੋਨਾਂ ਕਾਲਜਾਂ ਵਿੱਚ ਸਰ ਮੈਂ گورਨਮੈਂਟ ਕਾਲਜ ਤੇ ਡੀਐਮ ਸੀ ਸਰ ਨਾ ਕਹੋ ਮੈਂ ਮੈਂ ਵੱਡਿਆ ਹੁੰਦ ਸੀ ਨਾ ਪ੍ਰਾਪਾ ਸੁਖਰੀਮਤ ਅੱਛਾ ਤੇ ਉੱਥੇ ਮਤਲਬ ਫਿਰ ਹੋਸਟਲ ਜਿਹੜੇ ਹੁੰਦੇ ਸੀਗੇ ਹੂੰ ਤੇ ਫੁੱਟਬਾਲ ਮਤਲਬ ਸੌਕਰ ਜਿਹੜਾ ਨਾ ਤੇ ਸਾਡੇ ਬੜੇ ਉਸ ਵੇਲੇ ਦੇ ਇੱਥੇ ਪਲੇਅਰ ਸਾਰੇ ਬੜੇ ਇੱਥੇ ਹੈਗੇ ਆ ਆ ਮਕਲੂਰ ਟੈਕਸੀਆਂ ਹੋਰ ਦੋ ਤਿੰਨ ਆਪਣੇ ਮਿੱਤਰ ਹੈ ਜਿਹ ਪਰ ਟੈਕਸੀ ਨਾਲ ਯਾਤ ਬਹੁਤ ਜਿਹੜੀ ਬਿਲਕੁਲ ਸਰ ਉਹ ਹੈਗੇ ਮਤਲਬ ਲਗਭਗ ਮਿੱਤਰ ਆਪਣੇ ਭੋਲੇ ਹੋਰੀ ਜਿਹੜੀ ਸੋ ਮਨੀ ਨੇਮਸ ਸੈਂਕੜੇ ਮੁੰਡੇ ਸਾਰੇ ਜਿਹੜੇ ਮੇਰੇ ਤੋਂ 4 ਸਾਲ ਸੀਨੀਅਰ ਸੀ 2 ਸਾਲ ਪਿੱਛੇ ਸੀ ਮੇਰੇ ਨਾਲ ਸੀ ਉਹ ਲਗਭਗ ਸਾਰੇ ਇੱਥੇ ਹੀ ਹੈ ਜੀ ਹਨਾ ਤੇ ਉਹਨਾਂ ਨਾਲ ਪਿਆਰ ਮੁਹੱਬਤ ਸਾਂਝੀ ਹੋਈ ਚੱਲੀ ਆਉਂਦੀ ਆ ਉਹਨਾਂ ਚੋਂ ਕਈ ਬਹੁਤ ਪਲੇਅਰ ਜਿਹੜੇ ਵੱਡੇ ਲੈਵਲ ਤੇ ਇੰਡੀਆ ਏਸ਼ੀਆ ਲੈਵਲ ਤੇ ਖੇਡੇ ਮੁੰਡੇ ਤੇ ਉਹ ਬੜਾ ਇੱਕ ਅੱਛਾ ਉਹਨਾਂ ਦਾ ਤਾਲਮੇਲ ਹੈਗਾ ਤੇ ਉਦੋਂ ਹੀ ਫਿਰ ਜੀ ਸਰ ਜਿਹੜਾ ਉਹ ਗਾਣਾ ਸੀ ਨਾ ਮਾਨਕ ਸਾਹਿਬ ਵਾਲਾ ਬਾਬਲ ਮਰਿਆ ਭਾਬੀ ਇਹ ਪੜਾ ਉਹਦੇ ਕਾਲਜ ਪੜਦੇ ਨੇ ਸਨ ਕਿਹੜਾ ਸੀ ਉਹ 82 ਦੀ ਗੱਲ ਮੈਨੂੰ ਲੱਗਦਾ 82 ਤੇ ਬਾਈ ਜੀ ਉਹ ਤਾਂ ਪੌੜੀਆਂ ਵੱਡੇ ਗਾਇਕਾਂ ਦੀਆਂ ਬਹੁਤ ਔਖੀਆਂ ਸੀ ਲਿਖ ਕੇ ਫਿਰ ਪਹੁੰਚ ਕੇ ਮੈਂ ਹੋਈ ਹਾਂ ਬਿਲਕੁਲ ਜੀ ਮੈਂ ਅਕਸਰ ਮੇਰੇ ਮੈਂ ਕਹਿੰਨਾ ਨਾ ਮੇਰੇ ਮੈਂਟਰ ਜਿਹੜੇ ਮੇਰੇ ਗੋਡਫਾਦਰ ਮੈਂ ਜਸਵੰਤ ਸੰਦੀਲਾ ਉਹਨਾਂ ਨੂੰ ਕਹਿੰਦਾ ਹੁੰਦਾ ਤਾਂਦਰੇਵਾਲੇ ਸੰਦੀਲਾ ਤੁਹਾਡੇ ਵੀ ਮਿੱਤਰ ਨੇ ਵਾ 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 ਬੜੇ ਪਿਆਰੇ ਇਨਸਾਨ ਤੇ ਉਹਨਾਂ ਨੇ ਇੱਕ ਉਂਗਲ ਫੜ ਕੇ ਜਿਸ ਤਰ੍ਹਾਂ ਨਾ ਵੀ ਬੱਚੇ ਨੂੰ ਕੋਈ ਮੇਲਾ ਦੇਖਣ ਲੈ ਜਾਏ ਸਵਾਦ ਲਿਆ ਤੇ ਇਹ ਦਾਖਲਾ ਮੇਰਾ ਉਹਨਾਂ ਨੇ ਮਾਨਕ ਸਿੰਘ ਨੂੰ ਇੱਥੋਂ ਤਾਂ ਕਹਿਤਾ ਤਾਂ ਉਹ ਮੈਂ ਇੱਕ ਵਾਰ ਮਜ਼ਾਕ ਤੇ ਗੱਲ ਕਰ ਰਿਹਾ ਨਾ ਕਿ ਮਾਨਕ ਸਾਹਿਬ ਦਾ ਸੁਭਾਸ ਹੀ ਆ ਉਹ ਕਹਿੰਦੇ ਆ ਜਵਕ ਜਾ ਮੇਰੇ ਪਿੱਛੇ ਬੁਲਾ ਤਾ ਓਏ ਇਹ ਕਹਿੰਦਾ ਕੰਜਰ ਦਾ ਪਹਿਲੇ ਸਿੱਖ ਲੈ ਡੰਡੇ ਨੂੰ ਹੱਥ ਪਾਉਣ ਨੂੰ ਫਿਰਦਾ ਸਿੱਧਾ ਹੀ ਭੇਜਣ ਨੂੰ ਫਿਰਦਾ ਹਾਂ ਉਹ ਗੱਲ ਨਹੀਂ ਉਹ ਅਸੀਲਾ ਸਾਹਿਬ ਇੱਥੋਂ ਤਾਂ ਕ ਕਦੇ ਵੀ ਭਾਈ ਇਦਾਂ ਭਈ ਮੈਂ ਮੇਰਾ ਜ਼ਿੰਦਗੀ ਚ ਕਦੇ ਵੀ ਨਾ ਕੰਨ ਰਿਕਾਰਡ ਕਰੀ ਅਜੋ ਵਾਕਦਾ ਕਰਦੇ ਸਵਾਦ ਲਿਆ ਹਾਂਜੀ ਤੇ ਉਹ ਮੈਂ ਅੱਜ ਵੀ ਸੋਚਦਾ ਹੁੰਦਾ ਹਾਂ ਸਦੀਲਾ ਸਾਹਿਬ ਅੱਜ ਵੀ ਮਿਲਦੇ ਮੈਂ ਕਿਹਾ ਜੀ ਭਾਜੀ ਜੀ ਤੁਸੀਂ ਇਹ ਗੱਲ ਨਾ ਕਹਿੰਦੇ ਨਾ ਸ਼ਾਇਦ ਉਹ ਗੱਲਬਾਤ ਉਹ ਮੇਰੀ ਨਾ ਇੰਟਰੀ ਮਿਲਦੀ ਤਾਂ ਨਾ ਸ਼ਾਇਦ ਮੈਂ ਇੰਨਾ ਇੱਕ ਮਤਲਬ ਪੈਸ਼ਨ ਨਾਲ ਜੁੜਦਾ ਹਨਾ ਵਾਹ ਤੇ ਉਹਦਾ ਦਾਖਲਾ ਮਤਲਬ ਹੁਣ ਵੀ ਮੈਂ ਮੈਂ ਜੈ ਕੈਲੀਫੋਰਨੀਆ ਟੂਰ ਕਰਕੇ ਆਇਆ ਤਿੰਨਾਂ ਕ ਪ੍ਰੋਗਰਾਮ ਤੇ ਸਾਡੀ ਛੋਟੀ ਭੈਣ ਸ਼ਕਤੀ ਮਾਨਕ ਉਹਨਾਂ ਦੀ ਬੇਟੀ ਉਹਨੇ ਸਟੇਜ ਐਂਕਰਿੰਗ ਕੀਤੀ ਵਾਹ ਵਾਹ ਮੈਂ ਇਮੋਸ਼ਨਲ ਹੋ ਜਾਂਦਾ ਜਦੋਂ ਮੈਂ ਗੀਤ ਗਾਉਂਦਾ ਸੀ ਬਾਬਲ ਮਰੇ ਧਾਬੀ ਤੇ ਸ਼ਕਤੀ ਵੀ ਇਮੋਸ਼ਨਲ ਹੋ ਜਾਂਦੀ ਸੀ ਮੈਂ ਕਿਹਾ ਵੀ ਮੈਂ ਇਸ ਪਰਿਵਾਰ ਦਾ ਮੈਂ احਸਾਨ ਨਹੀਂ ਦੇ ਸਕਦਾ ਵੀ ਮਾਨਕ ਸਾਹਿਬ ਨੇ ਜੋ ਮਤਲਬ ਉੱਥੇ ਸ਼ੁਰੂਆਤ ਬਿਲਕੁਲ ਬਿਲਕੁਲ ਫੇ ਛਿੰਦੇ ਉਹਨਾਂ ਨੇ ਵੀ ਗਾਇਆ ਹਾਂ ਛਿੰਦਾ ਬਾਜੀ ਨੇ ਵੀ ਗਾਇਆ ਹੈ ਉਹ 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 ਨਾ ਨੁਕੀ ਲੈ ਕੇ ਦਿੱਤਾ ਸੀ ਉਹਨਾਂ ਦੇ ਸਿਗਾ ਐਕਚੁਅਲੀ ਉਹ ਹੁਜਾ ਸਾਹਿਬ ਕੋਲ ਰਿਕਾਰਡਿੰਗ ਹੁੰਦੀ ਸੀ ਉਹਨਾਂ ਚਾਰਜੀ ਦੇ ਹੁਜਾ ਸਾਹਿਬ ਤੇ ਉਹ ਮੇਰੇ ਗਾਣੇ ਫਿਰ ਉੱਥੇ ਉਹਨਾਂ ਕੋਲ ਪਈ ਹੁੰਦੀ ਸੀ ਕਾਪੀ ਅੱਛਾ ਉਹ ਪਾਸ ਕਰਦੇ ਸੀ ਹੁਜਾ ਹਣੀ ਪਹਿਲਾਂ ਬਿਲਕੁਲ ਜੀ ਬਿਲਕੁਲ ਉਹ ਤਾਂ ਕਈ ਵਾਰ ਇਦਾਂ ਹੁੰਦਾ ਸੀਗਾ ਉਹਨਾਂ ਨੇ ਮਜ਼ਾਕ ਕਰਨਾ ਹੁਜਾ ਸਾਹਿਬ ਨੇ ਕਿਹਾ ਨਾ ਵੀ ਜਿਹੜੇ ਕਿਹੜੇ ਕਲਾਕਾਰ ਆ ਨਾ ਇਹ ਕਹਿੰਦੇ ਬੜੇ ਸ਼ੈਤਾਨ ਆ ਕਹਿੰਦਾ ਵੀ ਇਹਨਾਂ ਨੂੰ ਗਾਣਾ ਪਸੰਦ ਹੋਵੇ ਨਾ ਹੋਵੇ ਕਹਿੰਦਾ ਮੇਰੇ ਕੋਲ ਭੇਜ ਦੇ ਵੀ ਸਾਡੇ ਗਣ ਦਾ ਹੁਜਾ ਸਾਹਿਬ ਨੇ ਪਾਸ ਕਰ ਉਹ ਕਹਿੰਦਾ ਵਿਚਾਰੇ ਕਾਪੀਆਂ ਚੱਕ ਕੇ ਇੱਥੇ ਤੇ ਕਰ ਉਹ ਇੱਕ ਹੁੰਦਾ ਸੀਗਾ ਹੁਜਾ ਸਾਹਿਬ ਦਾ ਲੈਵਲ ਵੀ ਭਾਜੀ ਐਸਾ ਸੀਗਾ ਵੀ ਜਿਉਂ ਉਹਨਾਂ ਦੇ ਨਾਮ ਦੀ ਮੋਹਰ ਲੱਗੇ ਨਾ ਤਾਂ ਬੰਦਾ ਕਹਿੰਦਾ ਵੀ ਬਸ ਗੱਲ ਬਣ ਗਈ ਸੱਚਨ ਉਹ ਹੁਜੇ ਦੇ ਨਾਲ ਫੇ ਕਦੇ ਗੱਲ ਸਾਂਝੀ ਕੀਤੀ ਕਿ ਬਿਲਕੁਲ ਮਿਲਦੇਰੀ ਦਾ ਹਾਂਜੀ ਗੱਲਾਂ ਕਰੀਦਾ ਮੈਂ ਕਿਹਾ ਵੀ ਕੋਈ ਉਹ ਸੀ ਉਹ ਤਾਂ ਬਹੁਤ ਛੋਟੇ ਸੀ ਜਦੋਂ ਹਨਾ ਬਚਪਨ ਮੈਂ ਦੇਖਿਆ ਉਹਨਾਂ ਦਾ ਹਾਂ ਹਾਂ ਤੇ ਉਹਨਾਂ ਦਾ ਫੇ ਇੱਕ ਇੱਕ ਦੌਰ ਇੱਕ ਕੰਮ ਕਰਨ ਦਾ ਔਰਾ ਜਿਹੜਾ ਤਰੀਕਾ ਹੁਜਾ ਸਾਹਿਬ ਦਾ ਬਹੁਤ ਔਖੀਆਂ ਪੌੜੀਆਂ ਸੀ ਹਨਾ ਉਹ ਪੌੜੀਆਂ ਦਿੱਲੀ ਦੀਆਂ ਉਹਨਾਂ ਦਾ ਸੰਗੀਤ ਕਿਵੇਂ ਲੋਕ ਲੁਧਿਆਣੇ ਤੋਂ ਗਾਇਕ ਕਿਵੇਂ ਗੱਡੀਆਂ ਚੜ੍ਹ-ਚੜ੍ਹ ਜਾਂਦੇ ਆ ਮਾਲਕ ਮਾਨਕ ਸਾਹਿਬ ਦੀ ਗੱਲ ਵੀ ਮੇਰੇ ਕੋਲ ਕਿਰਾਇਆ ਵੀ ਨਹੀਂ ਸੀ ਬਿਲਕੁਲ ਇਦਾਂ ਹੀ ਜੇ ਉਹ ਸਰਦੂਲ ਭਾਜੀ ਗੱਲਾਂ ਕਰਦੇ ਹੁੰਦੇ ਆ ਹੰਸ ਭਾਜੀ ਇਹ ਆਰਟਿਸਟ ਜਿਨ੍ਹਾਂ ਨੇ ਉਹ ਦੌਰ ਸੀ ਨਾ ਤੇ ਉਹ ਸਾਰੇ ਕਹਿੰਦੇ ਵੀ ਜਨੂਈ ਹੀ ਹੁੰਦਾ ਵੀ ਯਾਰ ਉੱਥੇ ਇੱਕ ਮਤਲਬ ਜਿੱਦਾਂ ਇੱਕ ਪਵ ਸਾਗਰ ਤੋਂ ਪਾਰ ਹੋਣ ਦੀ ਗੱਲ ਸੀ ਵੀ ਜਿੱਥੇ ਪਹੁੰਚ ਗਿਆ ਉਨੀ ਐਚ ਐਮ ਬੀ ਨੇ ਸਿਲੈਕਟ ਕਰ ਲਿਆ ਉਹ ਜਿਆ ਸਾਹਿਬ ਦਾ ਮਿਊਜ਼ਿਕ ਹੋ ਗਿਆ ਵੀ ਯਾਰ ਉਮਰ ਦੀ ਰੋਟੀ ਪੱਕੀ ਹੋ ਗਈ ਵਾਹ ਐਡਾ ਕੰਮ ਸੀ ਹੋ ਜਾ ਸਾਹਿਬ ਦਾ ਹਾਂ ਜੀ ਤੇ ਫਿਰ ਉਸ ਉਹ ਉਹ ਜਿਹੜੀ ਪਹਿਲੀ ਪੀੜ੍ਹੀ ਉਹ ਹੋ ਗਈ ਸੰਦੀਲੇ ਨੇ ਵੀ ਗਾਇਆ ਫਿਰ ਇਹ ਸੰਦੀਲਾ ਸਾਹਿਬ ਨੇ ਨਹੀਂ ਉਹਨੇ ਗਾਏ ਨਹੀਂ ਤਾਂ ਉਹਨਾਂ ਉਦਾਂ ਉਹਨਾਂ ਸਟੇਜ ਤੇ ਮੈਨੂੰ ਇਹ ਹੁੰਦਾ ਸੀ ਜਦੋਂ ਪੰਜਾਬ ਚ ਨਾ ਕਿਤੇ ਉਹਨਾਂ ਦਾ ਖਾੜਾ ਹੁੰਦਾ ਸੀ ਮੈਡਮ ਪਰਮੇਂਦਰ ਉਹਨਾਂ ਨਾਲ ਕਿਸੇ ਮੈਂ ਬੁੱਕ ਕਰਾ ਦੇਣਾ ਕਿ ਦੋਸਤਾਂ ਮਿੱਤਰਾਂ ਨੂੰ ਉਹ ਕਹਿੰਦੇ ਚਲ ਤੂੰ ਵੀ ਇੱਕ ਅਦਾ ਗਾਣਾ ਗਾਲਾ ਕਰ ਉਹ ਕਹਿੰਦਾ ਤੇਰੀ ਜੱਖ ਖੋਲ ਜੂਗੀ ਗਾਹ ਕਿਤੇ ਗਾਉਣ ਲੱਗੇਗਾ ਨਾ ਤੇ ਮੈਨੂੰ ਯਾਦ ਹੈ ਕਮਾਲ ਉਹ ਫੇਰ ਬੜਾ ਕੰਨ ਨਹੀਂ ਤੂੰ ਗਾਲਾ ਇੱਕ ਅਦਾ ਗਾਣਾ ਲਿਖਣ ਦਾ ਸਫ਼ਰ ਫਿਰ ਜਦ ਪੂਰਾ ਮਗ ਗਿਆ ਜੀ ਗਾਇਕੀ ਦਾ ਜਾਨੀ ਕੀੜਾ ਨਾਲ ਨਾਲ ਰਿਹਾ ਕਿਉਂਕਿ ਜਿਹੜਾ ਲਿਖਦਾ ਉਹਨੇ ਤਰਨਮ ਚ ਸੁਣਾਉਣਾ ਵੀ ਆ ਦੋਸਤ ਜੀ ਬਿਲਕੁਲ ਉਹ ਥੋੜੇ ਜਿਹਾ ਮੀਟਰ ਦੀ ਉਹਨੂੰ ਸਮਝ ਹੁੰਦੀ ਆ ਜੀ ਇੱਕ ਬੈਲੈਂਸ ਉਹ ਲਿਖ ਲੈਂਦਾ ਬੰਦਾ ਹਨਾ ਤੇ ਉਹਦਾ ਇਸ ਤਰ੍ਹਾਂ ਸਿਖਵਾਇ ਜੀ ਕਿ ਇੱਥੇ ਜਣੀ ਉਦੋਂ ਇਹ ਨਹੀਂ ਸੀ ਸੋਚਿਆ ਵੀ ਜਦੋਂ ਦੋਸਤਾਂ ਮਿੱਤਰਾਂ ਮਹਿਫਲ ਤੁਹਾਡੇ ਅਗਰੇ ਮਿੱਤਰਾਂ ਯਾਰ ਸੁਣਾ ਕੋਈ ਸੁਣਾਜ ਜਾਈ ਵੀ ਕਿ ਜਦੋਂ ਸਪੋਰਟਸ ਕਰਦੇ ਫੁੱਟਬਾਲ ਖੇਡਦੇ ਸੀ ਗਰਾਊਂਡ ਚ ਕਿਤੇ ਮੈਚ ਖੇਡ ਕੇ ਥੱਕ ਕੇ ਪ੍ਰੈਕਟਿਸ ਕਰਕੇ ਜਾ ਕੇ ਤੇ ਟੂਰ ਤੇ ਇਧਰ ਕਿ ਸਾਊਥ ਥਲਾਂ ਮੈਂ ਨਾ ਕਿ ਹੁਸ਼ਿਆਰਪੁਰ ਪੁਲਿਸ ਪੰਜਾਬ ਪੁਲਿਸ ਹੁਸ਼ਿਆਰਪੁਰ ਦੀ ਟੀਮ ਹੁੰਦੀ ਸੀ ਉਹ ਮੈਨੂੰ ਐਜ਼ ਅ ਗੈਸਟ ਪਲੇਅਰ ਨਾਲ ਲੈ ਜਾਂਦੇ ਸੀ ਪ੍ਰੇਨ ਚ ਜਾਣਾ ਸਾਊਥ ਓਡੀਸਾ ਸਾਈਡ ਮੇਂ ਬੜਾ ਗਾਇਆ ਹੁੰਦਾ ਨਾ ਉਦੋਂ ਵੀ ਟ੍ਰੇਨ ਚ ਯਾਰ ਗਾਣਾ ਸੁਣਾ ਕੋ ਹੈ ਨਾ ਵਾਹ 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 ਤੇ ਉਹ ਇੱਕ ਇਸ ਮੰਤ ਸੀਗਾ ਬੇ ਅੰਜਲ ਮੈਂ ਮਹਿਫਲਾਂ ਚ ਗਾ ਲਿਆ ਨਾ ਹਮ ਤੇ ਉਹ ਫਿਰ ਇਹ ਜਦ ਤੱਕ ਭੱਗ ਲੱਗਣ ਸੀ ਜਿੱਦਦਰੋਂ ਤੁਰਨਾ ਸੀ ਫਿਰ ਇਸ ਧਰਤੀ ਜੀ ਵੈਨਕੂਵਰ ਕੈਨੇਡਾ ਸੁਪਰਵਾਸੂਰੇ ਹੋਇਆ ਫਿਰ ਜੀ ਜੀ ਹਾਂ ਜੀ ਬਿਲਕੁਲ ਇੱਥੇ ਆ ਕੇ ਕਿਹੜੇ ਸਾਲ ਚ ਆ ਗਏ ਇਹ ਮੈਂ 87 ਸਾਲ ਆ ਗਏ ਫਿਰ ਇੱਥੋਂ ਜਿਹੜੀ ਅਗਲੀ ਲਾਈਨ ਫਿਰ ਇੱਥੋਂ ਚੱਲੀ ਹੰਸ ਰਾਜ ਉਹਨਾਂ ਦੀ ਤੇ ਬਾਤ ਜੀ ਜੀ ਬਿਲਕੁਲ ਉਦੋਂ ਹੁੰਦਾ ਫਿਰ ਉਹ ਜੀ ਸਾਹਿਬ ਕੋਲ ਗੀਤ ਪਏ ਹੋਣੇ ਜਾਂ ਹੰਸ ਭਾਜ ਕੋਲ ਪਏ ਹੋਣੇ ਨਾ ਸਰਦੂਲ ਭਾਜ ਕੋਲ ਪਏ ਹੋਣੇ ਤਾਂ ਉਹ ਫਿਰ ਉਦੋਂ ਰਿਕਾਰਡਿੰਗ ਫਿਰ ਉਹ ਜਿਹੜੇ ਗਾਣੇ ਸੀਗੇ ਆਸ਼ਿਕਾਂ ਦੀ ਕਾਦੀ ਜ਼ਿੰਦਗੀ ਹੰਸ ਭਾਜ ਦਾ ਨਾ ਤਾਂ ਉਹ ਵੈਸੇ ਇੰਗਲੈਂਡ ਦੀ ਰਿਕਾਰਡਿੰਗ ਸੀ ਬਲਦੇ ਮਸਤਾਨਾ ਸਾਹਿਬ ਦੀ ਉਹ ਮੈਂ ਚਿੱਠੀ ਜੀ ਲਿਖ ਕੇ ਗੀਤ ਭੇਜਿਆ ਸੀਗਾ ਇੱਥੋਂ ਮੈਂ ਰਿਚਮੈਂਟ ਰਹਿਦਾ ਸੀ ਉਦੋਂ ਤੇ ਲੋਕੋ ਮੈਂ ਪਾਕ ਮੁਹੱਬਤ ਹੁੰਦਾ ਜੀ ਉਹ ਤਾਂ ਉਹਦਾ ਕੋਈ ਉਹਦਾ ਉਹਦਾ ਸੰਗੀਤ ਤੇ ਉਹਦਾ ਕੋਈ ਤੋੜ ਹੈ ਬਿਲਕੁਲ ਜੀ ਹਾਂਜੀ ਉਹ ਵੀ ਦੋਵੇਂ ਐਲਬਮਾਂ ਦੇ ਮਸਤਾਨਾ ਭਾਜੀ ਦਾ ਮਿਊਜ਼ਿਕ ਸੀਗਾ ਜੀ ਤੇ ਉਹਦੇ ਵਿੱਚ ਕੋਈ ਇਹ ਕੰਮ ਹੁੰਦਾ ਕਈ ਵਾਰ ਜਦੋਂ ਲੱਗਦਾ ਵੀ ਇੱਕ ਵਾਰ ਹੋ ਗਿਆ ਉਹਦਾ ਰਿਪੀਟ ਸ਼ਾਇਦ ਨਹੀਂ ਹੋ ਸਕਦਾ ਯਾਦ ਹੈ ਲੋਕੋ ਮੈਂ ਪਾਕ ਮੁਹੱਬਤ ਸੁਣਾ ਸਕਦੇ ਹਾਂ ਕੋਈ ਸ਼ੇਰ ਜੀ ਬਿਲਕੁਲ ਉਹਦਾ ਇਕਾਂਤਰਾ ਹੈਗਾ ਉਹ ਰਿਕਾਰਡ ਨਹੀਂ ਹੋਇਆ ਹਾਂ ਤੇ ਉਹ ਅੱਛਾ ਉਹ ਸੁਣਾਓ ਫਿਰ ਹਾਂ ਉਹਦਾ ਮੇਰੇ ਕੋਲ ਹੈਗਾ ਕਿ ਬੁੱਤਾਂ ਵਿੱਚ ਜਿੰਦੜੀ ਪੈ ਜਾਵੇ ਮੈਂ ਜਿਹੜੇ ਪਾਸੇ ਤੱਕਦੀ ਆਂ ਹੂੰ ਬੁੱਤਾਂ ਵਿੱਚ ਜਿੰਦੜੀ ਪੈ ਜਾਵੇ ਮੈਂ ਜਿਹੜੇ ਪਾਸੇ ਤੱਕਦੀ ਆਂ ਅੱਖ ਮੌਤ ਦੀ ਅੱਖ ਵਿੱਚ ਪਾ ਕੇ ਤੇ ਮੇਰਾ ਜਿਗਰਾ ਮੈਂ ਹੱਸ ਸਕਦੀ ਆਂ ਹੂੰ ਮੈਂ ਨੰਗੇ ਪਿੰਡੇ ਚੱਲ ਜਾਵਾ ਹਰ ਛਮਕ ਵੱਜੀ ਤਕਦੀਰਾਂ ਦੀ ਬੱਲਾ ਬੱਲਾ ਲੋਕੋ ਮੈਂ ਪਾਕ ਮੁਹੱਬਤ ਆ ਬਨ ਰਹਿਮਤ ਪੀਰ ਫਕੀਰ ਭਾਈ ਜੀ ਸ਼ਬਦ ਤੁਹਾਡੇ ਇੰਨੇ ਡੂੰਘੇ ਨੇ ਜਿਹੜੇ ਮਤਲਬ ਉਹ ਹੈ ਡੂੰਘੇ ਨੇ ਪਰ ਉਹ ਸਾਨੂੰ ਸਰਲ ਲੱਗਦੇ ਨੇ ਇਹ ਕਿਵੇਂ ਨਹੀਂ ਤਾਂ ਡੂੰਘਿਆਂ ਨੂੰ ਜਦੋਂ ਅਸੀਂ ਸੁਣਦੇ ਆਂ ਜੀ ਹੁਣ ਪਾਤਰ ਸਾਹਿਬ ਪਾਤਰ ਸਾਹਿਬ ਪੰਜਾਬ ਦੇ ਨੇ ਜੀ ਬਿਲਕੁਲ ਲੁਧਿਆਣੇ ਦੇ ਨੇ ਸਾਡੀ ਬੋਲੀ ਆ ਬਹੁਤ ਸ਼ਬਦ ਨੇ ਜਿਹੜੇ ਸਾਡੇ ਸੂਤ ਨਹੀਂ ਆਉਂਦੇ ਗਰਤੇਜ ਕਹਾਰ ਵਾਲਾ ਦੇ ਬਹੁਤ ਸ਼ਬਦ ਨੇ ਜਿਹੜੇ ਸਾਡੇ ਸੂਤ ਨਹੀਂ ਆਉਂਦੇ ਅੱਛਾ ਜਗਤਾਰ ਉਹਨਾਂ ਦੇ ਸ਼ਬਦ ਨਾਲੇ ਉਰਦੂ ਹੈ ਹਾਂਜੀ ਬਿਲਕੁਲ ਉਹ ਮੇਰੇ ਸੂਤ ਆ ਜਾਂਦੇ ਨੇ ਕਿਉਂਕਿ ਮੇਰੀ ਤਸਵੀਰ ਉਹਨਾਂ ਨਾਲ ਮਿਲਦੀ ਹੈ ਦੇਖੋ ਇਹ ਜ਼ਰੂਰੀ ਆ ਉਹ ਮੈਨੂੰ ਵੀ ਲੋਕ ਬੇੜੀਆਂ ਚ ਵੀ ਨੱਚਦੇ ਨੇ ਇਹ ਤੇ ਉਹ ਮੇਰੇ ਸੂਤ ਆਉਂਦੇ ਨੇ ਕਈ ਵਾਰ ਥੋੜੀ ਮੈਨੂੰ ਲੱਗਦਾ ਹੈ ਏ ਇਹ ਜਿਹੜੀ ਰੂਹ ਪੈਰਾਂ 'ਚ ਬੇੜੀਆਂ ਨੇ ਨੱਚਦੇ ਨੇ ਲੋਕ ਫਿਰ ਵੀ ਕਿਉਂ ਵੇਖ-ਵੇਖ ਉੱਡਦਾ ਚਿਹਰੇ ਦਾ ਰੰਗ ਤੇਰਾ ਜਿਦਾਰ ਸਾਉ ਦਾ ਸ਼ੇਰ ਜੀ ਬਿਲਕੁਲ ਜੀ ਜੀ ਸੋ ਇਹ ਇਹ ਜਿਹੜੇ ਤੁਹਾਡੇ ਵੀ ਸ਼ਬਦ ਨੇ ਮੈਂ ਮੈਨੂੰ ਮੈਂ ਤੇ ਕਿੰਦਾ ਗੱਲ ਕਰ ਰਹੀ ਸੀ ਕਹਿੰਦਾ ਬਾਈ ਜੀ ਪਤਾ ਨਹੀਂ ਮੈਂ ਨਾਂਵ ਭੁੱਲ ਗਿਆ ਕਹਿੰਦਾ ਵੀ ਤੇਰੇ ਮੀਲ ਮੀਲ ਲੰਬੇ ਇਹ ਸ਼ਬਦ ਨੇ ਕਤੋਂ ਨੂੰ ਕਿਸੇ ਨੇ ਕਿਹਾ ਮੈਨੂੰ ਕਹਿੰਦੇ ਨੇ ਕਹਿ ਕੇ ਗਿਆ ਮੈਂ ਭੁੱਲ ਗਿਆ ਕੀ ਦਿਆ ਕੈਸੀ ਅਸੀਂ ਕਰੇ ਬੈ ਹੰਸਪਾ ਜੀ ਨੇ ਗੱਲ ਸੁਣਾਈ ਜਦੋਂ ਉਹ ਗਾਣਾ ਹਿੱਟ ਹੋਇਆ ਨਾ ਹੰਸਪਾ ਜੀ ਦੀ ਟੂਰ ਕਰਨ ਆਇਆ ਸੀਗੇ ਤਾਂ ਉਦੋਂ ਮੈਨੂੰ ਕਹਿੰਦੇ ਕਹਿੰਦੇ ਯਾਰ ਇਸ ਗਾਣੇ ਨੇ ਇੱਕ ਬੰਦੇ ਨੇ ਦਾਤ ਦਿੱਤੀ ਆ ਤੂੰ ਬੁੱਝ ਕਿਹੜਾ ਬੰਦਾ ਹੋਊਗਾ ਆਏ ਹਾਏ ਉਹ ਅਮਤੋਜ ਸੀ ਜਿਹੜੇ ਕਵੀ ਬੱਲਾ 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 ਤਾਂ ਉਹ ਕਹਿੰਦੇ ਮੈਂ ਉਹ ਗਾਣਾ ਟੇਪ ਵੇਟ ਹੋਈ ਕੁਝ ਵਿੱਚ ਪਾਰਟੀ ਦਿੱਤੀ ਕੁਝ ਖਾਣ ਪੀਣ ਆਏ ਸੀ ਉਹਨਾਂ ਨੇ ਕਹਿੰਦੇ ਫਿਰ ਮੂੜ ਸਿੱਟੈਗ ਸ਼ਕ ਲੱਗੇ ਸੀ ਉਹ ਕਹਿੰਦੇ ਬਾਰ ਬਾਰ ਹੀ ਲੈ ਨਗਾਈ ਜਾਣ ਬੀ ਸੱਜਣਾ ਦੀ ਫੋਟੋ ਸਾਹਮਣੇ ਬਹਿ ਕੇ ਮੀਲੀ ਮੀਲ ਲੰਮੇ ਨਾਲੇ ਕਹਿੰਦੇ ਮੇਜ਼ ਤੇ ਹੱਥ ਮਾਰਨ ਕਹਿੰਦਾ ਜੇ ਨਾਲ ਆ ਲਿਖਿਆ ਯਾਰ ਇਹ ਪੰਜਾਬੀ ਗੀਤ ਕਰਦੀਆਂ ਨਵਾਂ ਪਰਯੋਗ ਮੈਂ ਇਹਨੂੰ ਕਿਉਂ ਨਹੀਂ ਜਾਣਦਾ ਕਮਾਲ ਹੋ ਗਿਆ ਭਾਵ ਕੋਈ ਕਹਿੰਦੇ ਮੇਰੇ ਸਭ ਸਾਡੇ ਦੋਸਤ ਹੈ ਕੈਨੇਡਾ ਰਹਿੰਦਾ ਕਹਿੰਦੇ ਤਾਂ ਹੀ ਯਾਰ ਜੇ ਕਹਿੰਦਾ ਪੰਜਾਬ ਚ ਹੁੰਦਾ ਮੈਂ ਇਹਨੂੰ ਜਾਣਦਾ ਹੁੰਦਾ ਵਾਵਾ ਮੇਰੇ ਲਈ ਯਾਰ ਬਹੁਤ ਵੱਡੀ ਗੱਲ ਹੈ ਮਤੋਜ ਸਾਹਿਬ ਦੀ ਗੱਲ ਕਹਿਣੀ ਕਹਿੰਦੇ ਇੱਥੇ ਜੇ ਟੈਕਸੀ ਚਲਾਉਣ ਲੱਗੇ ਸ਼ਰਾਰਤੀ ਦੋਸਤਾਂ ਮਿੱਤਰਾਂ ਨੇ ਪਿੱਛੇ ਆ ਕੇ ਕਹਿੰਦੇ ਦੇਵੀ ਦੇ ਪਿੱਛੇ ਬਹਿ ਜਾਓ ਇਹਨੇ ਕਿਹੜਾ ਟ੍ਰਿਪ ਲੈਣ ਦਾ ਮੈਂ ਤਾਂ ਬਾਅਦ ਇਦਾਂ ਵੀ ਹੁੰਦਾ ਕਈ ਵਾਰ ਜੇ ਮੂਡ ਮੇਨ ਕੋ ਕਿਤਾਬ ਪੜੀ ਜਾਣਾ ਤੇ ਮੈਨੂੰ ਯਾਦ ਆ ਜਗਤਾਰ ਸਾਹਿਬ ਦੀਆਂ ਕਿਤਾਬਾਂ ਚਾਰ ਪੰਜ ਮੇਲ ਰਹੀ ਕਿਸੇ ਨੇ ਭੇਜੀਆਂ ਤਾਂ ਮੈਂ ਉਹ ਲੈ ਕੇ ਪੜਨ ਲੱਗ ਗਿਆ ਮੈਨੂੰ ਟ੍ਰਿਪ ਨਾਲ ਨਾਲ ਤੂੰ ਲਾਲਾ ਸ਼ਾਮ ਰਾਤ ਨੂੰ ਰਾਤ ਦੀ ਟੈਕਸੀ ਹੁੰਦੀ ਸੀ ਉਹ ਪੋਸਬਾ ਜੀ ਐਸਾ ਵੀ ਉਹ ਜਿਹਦਾ ਤੂੰ ਨਸ਼ਾ ਤੂੰ ਸਮਝ ਸਕਦੇ ਹੋ ਉਹ ਛੱਡਿਆ ਨਹੀਂ ਜਦੋਂ ਮੈਂ ਕੋ ਨਾਲੇ ਰੋਟੀ ਰੋਜੀ ਉਹੀ ਸੀ ਜੀ ਬਾਜੀ ਬਿਲਕੁਲ ਬਿਲਕੁਲ ਕਿ ਇਸ ਕੀ ਕਿਤਾਬਾਂ ਨਾਲ ਹੈ ਨਾ ਲਿਟਰੇਚਰ ਨਾਲ ਬਾਜੀ ਉਹ ਬਸ ਅੱਛਾ ਇੱਥੇ ਲਿਖ ਫਿਰ ਲਿਖਣ ਦਾ ਸਫਰ ਚੱਲਦਾ ਰਿਹਾ ਬੇਰੋਕ ਬੇਟੋਕ ਜੀ ਬਾਜੀ ਮੈਨੂੰ ਇਦਾਂ ਸੀ ਕਿ ਜਦੋਂ ਮੈਂ ਪਹਿਲਾ ਆਇਆ ਨਾ ਉਦੋਂ 5-6 ਮਹੀਨੇ ਲੱਗਾ ਮੈਂ ਕਿਹਾ ਵੀ ਨਹੀਂ ਇੱਥੇ ਗੱਲ ਬਈ ਖਤਮ ਹੋ ਜਾਣੀ ਆ ਬਈ ਇੱਕਦਮ ਲੱਗਾ ਵੀ ਯਾਰ ਬਿਲਕੁਲ ਲਾਈਫ ਸਟਾਈਲ ਉੱਥੇ ਸੀ ਕਿ ਖੇਤੀਬਾੜੀ ਕੇਸਨੂੰ ਗਏ ਜਾਂ ਨਾ ਗਏ ਹੈ ਨਾ ਜਿੰਮੇਦਾਰਾਂ ਦੇ ਹੈ ਨਾ ਦੇ ਪਰ ਇੱਥੇ ਮੈਂ 5-7 ਮਹੀਨੇ ਮੈਂ ਕਿਹਾ ਵੀ ਨਹੀਂ ਗੱਲ ਔਖੀ ਆ ਬਈ ਮੁੱਕ ਗਿਆ ਕੰਮ ਪਰ ਫੇਲ ਲੱਗਾ ਵੀ ਯਾਰ ਇਹ ਕੋਈ ਵੀ ਹਾਲਾਤ ਹੋਣ ਨਾ ਇਨਸਾਨ ਸ਼ਾਇਦ ਇਹ ਮਾਲਕ ਨੇ ਇਸ ਤਰ੍ਹਾਂ ਦਾ ਇੱਕ ਇਨਸਾਨੀ ਮਾਦਾ ਦਾ ਵਜੂਦ ਬਣਾਇਆ ਉਹ ਚਾਪਾ ਅਡਜਸਟ ਹੋ ਜਾਂਦੇ ਮਾਹੌਲ ਢਲ ਜਾਂਦਾ ਹੈ ਢਲ ਜਾਂਦੇ ਹੈ ਤਾਂ ਫਿਰ ਉਦੋਂ ਬਾਅਦ ਫਿਰ ਮਤਲਬ ਕਿ ਮਾਲਕ ਦੀ ਕਿਰਪਾ ਨਾਲ ਫਿਰ ਐਸੇ ਠੀਕ ਠਾਕ ਜਾ ਕੰਮ ਨਾ ਐਨ ਵਧੀਆ ਮਤਲਬ ਉਦੋਂ ਕੋ ਆਸ਼ਿਕਾ ਨਹੀਂ ਕਹਦੀ ਜਿੰਦੀਗੀ ਉਦੋਂ ਦਾ ਲਿਖਿਆ ਮੇਰੇ ਸਾਹਮਣੇ ਵਾਹ ਵਾਹ ਹੈ ਨਾ ਜੀ ਤੇ ਸਾਨੂੰ ਤੇਰੇ ਸ਼ਹਿਰ ਦੇ ਗੀੜੇ ਨੇ ਖਾਲਿਆ ਹੋਰ ਕਿੰਨੇ ਗਾਣੇ ਜਿਹੜੇ ਮਤਲਬ ਨਾ ਤੇ ਉਹ ਬੜੀ ਮਤਲਬ ਮਾਲਕ ਦੀ ਕਿਰਪਾ ਫਿਰ ਹੋਈ ਗਈ ਫਿਰ ਟੈਕਸੀ ਦਾ ਬਾਜੀ ਇਹ ਕੰਮ ਹੁੰਦਾ ਉਹ ਆਜ਼ਾਦੀ ਆਪਣਾ ਕੰਮ ਕੋਈ ਪੜੀ ਗਿਆ ਬਿਲਕੁਲ ਉਹ ਚ ਫਿਰ ਬੜੇ ਮਤਲਬ ਐਸੇ ਗਾਣੇ ਜਿਹੜੇ ਆਏ ਜਿਹੜੇ ਮੈਜੀ ਕਿੰਨੇ ਆ ਗਾਉਣ ਵਾਲਿਆਂ ਨੇ ਗਾਏ ਗੀਤ ਟੋਟ ਜਿਆਦਾ ਨਹੀਂ ਹੋਣਾ ਹਾਂਜੀ ਮਾਨਕ ਸਾਹਿਬ ਤੋਂ ਲੈ ਕੇ ਜੀ ਮਤਲਬ ਨਵੀਂ ਪੀੜ੍ਹੀ ਦੇ ਰਣਜੀਤ ਰਾਣਾ ਮੁੰਡਾ ਜਿਹੜਾ ਨਾ ਜਨਾ ਤੇਰੀਆਂ ਗੱਲਾਂ ਬਲ ਬਲ ਲੱਗੇ ਜੀ ਐਡਾ ਸਰੀਲਾ ਮੁੰਡਾ ਮੈਂ ਹੈਰਾਨ ਹੋ ਗਿਆ ਬਹੁਤ ਪਾਜੀ ਪਿਆਰਾ ਗਾਉਂਦਾ ਬਹੁਤ ਹੀ ਕਮਾਲ ਦੀ ਗਾਇਕੀ ਬਹੁਤ ਸਰੀਲਾ ਸੋ ਫਿਰ ਹੁਣ ਤੱਕ ਆ ਗਈ ਗੱਲ 82 ਤੋਂ ਚੱਲੀ ਹੋਈ 2020 ਤੱਕ ਜੀ ਬਾਈ ਜੀ ਬਿਲਕੁਲ ਹਾਂ ਜੀ ਉਦੋਂ ਤੱਕ ਹੁਣ ਬਸ ਬੜਾ ਲੰਮਾ ਸਮਾਂ 38 ਬਰੇ ਹੋ ਗਏ ਜੀ ਸਰ ਬਿਲਕੁਲ ਬਿਲਕੁਲ ਤੇ ਮੈਨੂੰ ਇਹ ਪਤਾ ਲੱਗਾ ਕਹਿੰਦੇ ਜਿਹੜੀਆਂ ਲਿਖਤ ਇੰਨੀ ਪਈਆ ਵੀ ਕਈ ਬਹੁਤ ਲਿਖਤਾਂ ਇਹ ਜਿਹੜੀਆਂ ਸ਼ਾਇਦ ਉਹਨਾਂ ਦਾ ਉਹਨਾਂ ਦਾ ਨੰਬਰ ਨਾ ਲੱਗੇ ਜਾਂ ਨੂੰ ਨਵਾਂ ਲਿਖ ਲੈਣੇ ਬਹੁਤ ਕੁਝ ਲਿਖਿਆ ਪਿਆ ਨਹੀਂ ਬਾਈ ਜੀ ਇਹ ਇੰਨਾ ਕ ਨਹੀਂ ਹੈਗਾ ਜੀ ਮੈਨੂੰ ਲੱਗਦਾ ਕਿੰਦੇ ਨੇ ਝੂਠ ਬੋਲਦਾ ਥੋੜਾ ਉਹ ਉਦੋਂ ਹੀ ਪਿਆਰ ਜ਼ਿਆਦਾ ਕਰਦਾ ਗੱਲ ਵਧਾਉਂਦੀ ਹੁਣ ਮੈਨੂੰ ਮਗਾ ਭਾਈ ਬਹੁਤ ਲਿਖਿਆ ਜੀ ਜੀ ਉਹ ਤਾਂ ਭਾਈ ਇਦਾਂ ਹੁੰਦਾ ਕਿ ਜਦੋਂ ਫੇਸਿਕਾ ਵੀ ਚਲੋ ਤਿਆਰ ਕਰ ਲਿਆ ਪੇ ਆਪ ਵੀ ਆਪਣਾ ਮੈਟਰ ਕੋਣਾ ਹਣਾ ਕਿਉਂਕਿ ਫਿਰ ਇਹ ਕਿ ਵੀ ਗੱਲ ਮੈਂ ਅਕਸਰ ਇੱਕ ਮੁਹਾਵਰਾ ਵਰਤਦਾ ਹਾਂ ਆਪ ਸਰ ਮਸ਼ਹੂਰ ਗੱਲ ਹੈ ਵੀ ਜੇ ਕਹਿੰਦੇ ਤੁਸੀਂ ਜੰਗਲ ਨੂੰ ਜਾਣਾ ਤੇ ਸ਼ੇਰ ਦੇ شکار ਵੀ ਸਮਾਨ ਤੁਹਾਡੇ ਕੋਲ ਚਾਹੀਦਾ ਹਣਾ ਕਿਉਂਕਿ ਹੁਣ ਜਦੋਂ ਮੈਂ ਸਰ ਐਂਟਰ ਹੋਇਆ ਇਸ ਫੀਲਡ ਵਿੱਚ ਤੋਂ ਕਿੱਡੇ ਵੱਡੇ ਗਵਈਏ ਬੰਦਾ ਹਣਾ ਤੇ ਫਿਰ ਉਹ ਲੱਗਾ ਫੇ ਇੱਕ ਦੋ ਸਿਆਣੇ ਮਿੱਤਰਾਂ ਨੇ ਕਿਹਾ ਕਹਿੰਦੇ ਯਾਰ ਵੇ ਜੇ ਹੁਣ ਤੂੰ ਜਾਣਾ ਪੇ ਉਹਨਾਂ ਚ ਤੂੰ ਸੁਰਜ ਦਾ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਬਹੁਤ ਅੱਛੇ ਕਿਹਾ ਜੀ ਚਿਰਦੇ ਲੱਗੇ ਹੋਏ ਹਾਂਜੀ ਹਾਂ ਪੇ ਬਿਲਕੁਲ ਤੂੰ ਨਾਲ ਨਾਲ ਮਿਹਨਤ ਕਰੀ ਆ ਸਿੱਖ ਗਏ ਪੇ ਬੋਲ ਤੂੰ ਆਪਣੇ ਤੇਰੇ ਰੱਖ ਨਾ ਤੇ ਉਹ ਚ ਹੀ ਹੁੰਦਾ ਪੇ ਚੱਲ ਫੇ ਆਪਣਾ ਸੇਵ ਕਰ ਲੈ ਪੇ ਇੱਕ ਦੇਬੀ ਲਾਈਵ ਜਿਹੜਾ ਆਪਾਂ ਟ੍ਰੈਂਡ ਕਰ ਦੇਣਾ ਜਿੱਥੋਂ ਸ਼ੁਰੂ ਹੋਇਆ ਜੀ ਜੀ ਉਹ ਚ ਪੋਇਟਰੀ ਹੁਣ ਵੀ ਇਸ ਵਾਰ ਗਿੱਲ ਸਾਹਿਬ ਜਿਹੜੀ ਕਰ ਰਹੇ ਆ ਦੇਬੀ ਲਾਈਵ ਆਠ ਹੈ ਤੱਕ ਟੋਰਾਂਟੋ ਰਿਕਾਰਡ ਹੋ ਰਹੀ ਹੈ ਜੀ ਅੱਛਾ ਉੱਥੇ ਕਰ ਰਹੇ ਹਾਂ ਹਾਂਜੀ ਟੋਰਾਂ ਉਹ ਸਾਰੇ ਵੀ 2-3 ਸਾਲ ਪਹਿਲਾਂ ਕਨਸਰਟ ਉੱਥੇ ਕਰਨਾ ਜਦੇ ਰਕੋ ਹਾਂਜੀ ਉਹ ਨਾਲ ਵੀ ਸਾਡਾ ਜੀ ਜੀ ਐਤਕੀ ਪਹਿਲੀ ਵਾਰ ਕਰਨ ਲੱਗੇ ਕੈਨੇਡਾ ਚ ਤੇ ਚਲੋ ਉਹਨਾਂ ਦਾ ਵੀਰਾਂ ਦਾ ਸ਼ੁਕਰਾਨਾ ਵੀ ਇਹ ਇੰਨਾ ਹੰਬਲਾ ਮਾਰ ਰਹੇ ਜੀ ਇੱਕ ਮੈਂ ਵੇਖਿਆ ਤੁਹਾਡਾ ਜਿਹੜਾ ਸਰਕਲ ਹੈ ਮੈਂ ਜਿਹੜੇ ਤੁਸੀਂ ਯਾਰ ਬਾਈ ਜੀ ਕਮਾਏ ਨੇ ਜੀ ਜਿੱਦਣ ਦੇ ਆ ਸ਼ੋਅ ਦੀ ਤੁਹਾਡੀ ਗੱਲ ਲੱਗੀ ਆ ਵੀ ਮੈਨੂੰ ਪਤਾ ਮੈਂ ਤੇ ਕਹਿੰਦਾ ਮਿਲਦੇ ਰਹਨੇ ਆ ਜੀ ਜੀ ਬਿਲਕੁਲ ਮਤਲਬ ਇਹ 4 ਮਹੀਨੇ ਦੀ ਗੱਲ ਚੱਲਦੀ ਆ ਵੀ ਸ਼ੋਅ ਆਉਣਾ ਸ਼ੋਅ ਹਾਂਜੀ ਬਿਲਕੁਲ 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 ਇੰਨੇ ਸਪான்ਸਰ ਕਿਸੇ ਨੂੰ ਤੁਸੀਂ ਹਾਕ ਨਹੀਂ ਮਾਰਦੇ ਕਿਵੇਂ ਸਾਰੇ ਭੱਜੇ ਫਿਰਦੇ ਆ ਕਿਵੇਂ ਤੁਹਾਡਾ ਪਿਆਰ ਕਰਦੇ ਆ ਤੁਹਾਡੀ ਬਹੁਤ ਵੱਡੀ ਕਮਾਈ ਹੈ ਭਾਜੀ ਇਹੀ ਕੋਈ ਮਾਲਕ ਦੀ ਕਿਰਪਾ ਹੀ ਮੈਂ ਸਮਝਦਾ ਹਾਂ ਨਾ ਕੋਈ ਸੱਜਣ ਮਿੱਤਰ ਐਸੀ ਆ ਜਿਹੜੇ ਜਿਹੜੇ ਜੁੜ ਜਾਂਦੇ ਨੇ ਨਾਲ ਹਨਾ ਜੁੜੇ ਹੋਏ ਆ ਹੁਣ ਤੱਕ ਵੀ ਹਨਾ ਕੋਈ ਵਪਾਰੀ ਵੀਰ ਆ बिजनेसमੈਨ ਪਰ ਆ ਜਿਹੜੇ ਮਿਲਦੇ ਆ ਨਾ ਚਲੋ ਕਿਤੇ ਉਹ ਗੱਲਬਾਤ ਚ ਤੋ ਵੀ ਕਹਿੰਦੇ ਠੀਕ ਆ ਵੀਰ ਅਸੀਂ ਤੇਰੇ ਨਾਲ ਖੜੇ ਆ ਸਾਡੇ ਲਈ ਭਾਜੀ ਵੱਡੀ ਗੱਲ ਹੁੰਦੀ ਹੈ ਨਾ ਸਪਾਂਸਰਾਂ ਤੋਂ ਬਿਨਾ ਆਪਾਂ ਨਹੀਂ ਕਰ ਸਕਦੇ ਨਾ ਤੇ ਹੁਣ ਵੀ ਮਤਲਬ ਇੱਥੇ ਜੈ ਸੋਜਲਾ ਭਾਜੀ ਸੱਜ ਸੈਕਸਿਓਨਸ ਸਾਡੇ ਗੋਲਡ ਮਾਨ ਹਨ ਤੇ ਬਾਕੀ ਹੋਰ ਜਿੰਨੇ ਵੀਰ ਆ ਸਾਰੇ ਹਨ ਤੇ ਇਹਨਾਂ ਦੇ ਸਪੋਰਟ ਨਾਲ ਬਾਕੀ ਸਾਰੀ ਸੰਗਤ ਦਾ ਸਾਰੇ ਪੰਜਾਬੀਆਂ ਦਾ ਸਹਿਯੋਗ ਹੈ ਜੀ ਇੱਕ ਜ਼ਿੰਦਗੀ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਆ ਭਰਾ ਆਪਾਂ ਬੈਠੇ ਆ ਜੀ ਇਹ ਜਿਹੜੀ ਜ਼ਿੰਦਗੀ ਹੈ ਦੋਸਤੀ ਦੋਸਤੀ ਹੈ ਜੀ ਜੀ ਮੰ ਲਓ ਆਪਾਂ ਦੋਨੇ ਘਰ ਬਣਾਉਂਦੇ ਹੋਈਏ ਦੋਨੇ ਹੀ ਦੋਸਤ ਹੋਈਏ ਫਿਰ ਜੀਨੇ ਵਧੀਆ ਘਰ ਬਣਾਉਣਾ ਵੇਕਣਾ ਉਹਦਾ ਹੀ ਆ ਸਹੀ ਗੱਲ ਦੁੱਖ ਸੁੱਖ ਆਪਣਾ ਸਾਂਝਾ ਹੋਊ ਚਾਹ ਆਪਾਂ ਇਕੱਠੇ ਪੀਵਾਂ ਬਹੁਤ ਵੱਡੀ ਗੱਲ ਹੈ ਭਾਈ ਤੇ ਭਾਈ ਜੀ ਮੈਂ ਜਦੋਂ ਇਸ ਇੰਡਸਟਰੀ ਚ ਆਇਆ ਮੇਰੇ ਅੜਦਾਲੇ ਜਿਹੜੇ ਰੇਡੀਓ ਹੋਸਟ ਸੀ ਸਥਾਪਤ ਉਹਨਾਂ ਨਾਲ ਮੇਰੀ ਦੋਸਤੀ ਭਾਈਆਂ ਤੇ ਵੱਡੇ ਭਾਈਆਂ ਗੋ ਅਸੀਂ ਵਿਚਰਦੇ ਬਹੁਤ ਗੱਲਾਂ ਸਿੱਖ ਸੰਘਰਸ਼ ਦੀਆਂ ਮੇਰੀ ਜਵਾਨੀ ਦੀਆਂ ਮੈਂ ਛੋਟਾ ਸੀ ਬਹੁਤ ਗੱਲਾਂ ਮੈਂ ਕਰਦਾ ਉਹ ਗੱਲਾਂ ਅੱਗੇ ਟਰਾਂਸਮਿਟ ਹੁੰਦੀਆਂ ਜੀ ਜੀ ਪਰ ਜਿੱਦਣ ਮੈਂ ਮਾਈਕ ਤੇ ਆ ਕੇ ਬੈਠਿਆ ਜੀ ਜੀ ਫਿਰ ਤੁਹਾਨੂੰ ਕੰਪੀਟੀਸ਼ਨ ਕਰਨਾ ਪਿਆ ਉਹਨਾਂ ਨਾਲੇ ਜਿਨ੍ਹਾਂ ਨੂੰ ਤੁਸੀਂ ਭਾਈਆਂ ਵਾਂਗੂ ਲੈ ਕੇ ਵਿਚਰਦੇ ਫਿਰ ਉਹਦੇ ਵਿੱਚ ਜੀ ਈਗੋ ਵੀ ਹੋਣੀ ਆ ਜੈਲਸ ਵੀ ਉਹ ਮਨੁੱਖੀ ਮਨ ਹੈ ਜਾਣ ਕੇ ਨਹੀਂ ਕੋਈ ਕਰਦਾ ਹਾਂ ਬਿਲਕੁਲ ਬਿਲਕੁਲ ਮਤਲਬ ਮੈਂ ਇਹ ਹੁਣ ਗੱਲ ਤੁਹਾਡੇ ਵਾਲੀ ਕੰਮ ਚ ਕਰਿਓਸਟੀ ਮੈਨੂੰ ਇੰਨੀ ਹੋ ਗਈ ਵੀ ਯਾਰ ਜਿਨ੍ਹਾਂ ਨੂੰ ਲਿਖ ਲਿਖ ਦੇਖ ਕੇ ਬਣਾਤਾ ਜੀ ਜੀ ਜਦ ਹੁਣ ਉਸੇ ਫੀਲਡ ਚ ਆ ਗਏ ਤਾਂ ਤਰਦਦ ਕਿੰਨਾ ਕਰਨਾ ਪਿਆ ਕਿਸੇ ਨੇ ਉਹ ਤਾਂ ਕਹਿਣਾ ਨਹੀਂ ਵੀ ਮੇਰਾ ਕੰਠ ਹੈ ਮੇਰੀ ਗਾਲ ਹੈ ਮੇਰੇ ਆ ਤਰਜ਼ਾ ਨੇ ਤੂੰ ਲੈਣਾ ਜੀ ਜੀ ਜ਼ੀਰੋ ਤੋਂ ਸਟਾਰਟ ਕੀਤਾ ਜੀ ਜੀ ਆਪਣੀਆਂ ਲਿਖਤਾਂ ਆਪੇ ਜਦੋਂ ਗਾਉਣ ਲੱਗਿਓ ਫਿਰ ਲਿਖਤ ਕਿਸੇ ਨੂੰ ਦਿੱਤੀ ਨਹੀਂ ਬਹੁਤ ਘਟ ਜੀ ਬਹੁਤ ਬਸ ਸਿਰਫ ਇੱਕ ਆਪਵਾਦ ਕੇ ਰੰਜੀਤ ਰਾਣਾ ਮੁੰਡਾ ਹਾਂ ਹਾਂ ਇਹ ਤਾਂ ਚਲੋ ਨਾਲ ਹੀ ਹਾਂ ਬਿਲ ਨਾਲ ਹੀ ਇਕੱਠੇ ਆ ਹਨ ਮਤਲਬ ਬਹੁਤ ਜਿਆਦਾ ਹਨ ਸੋ ਪਹਿਲੀ ਜਿਹੜੀ ਆਪਣੀ ਲਾਈਵ ਆਈ ਉਹ ਕਾਦਾਈ ਲਾਈਵ ਅਜੇ ਹੀ 2001 2 ਇੱਕ ਐਕਚੁਅਲੀ ਐਲਬਮ ਆਈ ਸਾਡੀ ਮੁਖੜੇ ਦਾ ਲੈ ਸ਼ਿਕਾਰਾ ਉਹਦਾ ਜਦੋਂ ਉਦੋਂ ਹੁੰਦਾ ਸੀ ਟ੍ਰੈਂਡ ਵੀ ਸੀ ਡੀ ਕਰਨ ਦਾ ਵੀਡੀਓ ਸੀ ਡੀ ਬਿਲਕੁਲ ਤੇ ਉਹ ਗੋਇਲ ਕੰਪਨੀ ਬਠਿੰਡਾ ਸੀਗੀ ਉਹ ਮਨੀਸ਼ ਭਾਜੀ ਕਹਿੰਦੇ ਵੀ ਤੁਹਾਡੀ ਵੀ ਸੀਡੀ ਇਦਾਂ ਕਰਨੀ ਹੈ ਵੀ ਅਸੀਂ ਲਾਈਵ ਕਰਾਊਡ ਇਕੱਠਾ ਕਰਨਾ ਤੁਹਾਨੂੰ ਲਿਪਸਿੰਗ ਨਹੀਂ ਕਰਾਉਣੀ ਤੁਸੀਂ ਉਹ ਲਾਈਵ ਗਾ ਦਿਓ ਜਿੰਨਾ ਮਰਜ਼ੀ ਖਾੜਾ ਖੁੱਲਾ ਗਾ ਦਿਓ ਹਾਂ ਜਿਹੜੇ ਅਸੀਂ ਸਾਡੀ ਕੰਪਨੀ ਜਿਹੜੀ ਰੀਲੀਜ਼ ਉਹ ਅਸੀਂ ਕਰ ਲਾਂਗੇ ਬਾਕੀ ਕੋਈ ਗੱਲ ਨਹੀਂ ਦੇ ਵੀ ਉਹ ਤੁਸੀਂ ਨਾ ਛੱਡ ਦਾਂਗੇ ਉਹ ਵੀ ਮੈਂ ਤਾਂ ਬਾਜੀ 2-3 ਘੰਟੇ ਕੋਟ ਸ਼ਮੀਰ ਪਿੰਡ ਵਾਲੇ ਮਾਨਸਾ ਬਠਿੰਡਾ ਰੋਡ ਤੇ ਉਨਵੇਂ ਵੀ ਬਾਈ ਪਿੰਡਾਂ ਦੀ ਪੰਚਾਇਤਾਂ ਇਕੱਠੀਆਂ ਕੀਤੀਆਂ ਸੀ ਵਾਹ ਵਾਹ ਤੁਹਾਡੇ ਅੰਗੂ ਬਾਜੂ ਮੁੱਛਾਂ ਸਜਾ ਕੇ ਖੜੇ ਖੜੇ ਆ ਅੱਜ ਵੀ ਕਿਤੇ ਵੀਡੀਓ ਦੇਖਿਆ ਨਾ ਉਹ ਉਹ ਦੱਸ ਤਾ ਕਿ ਬੀ ਬਾਈ ਪਿੰਡਾਂ ਦੀ ਪੰਚਾਇਤਾਂ ਬੈਠੀਆਂ ਵਾਜੀਆਂ ਨਾ ਤਾਂ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਹਾਂ ਦੋ ਮੈਂ ਕਿਹਾ ਕੈਮਰੇ ਵੱਧ ਬਗਾਲਾ ਮੈਂ ਨਹੀਂ ਰੁਕਣਾ ਮੈਂ ਤਾਂ ਵਿਆਹ ਦਾ ਖੜਾ ਸਮਝ ਕੇ ਜਾਊਂਗਾ ਹਾਂ ਵਾਹ ਉਹ ਜਿਹੇ ਐਸਾ ਰਸਿਆ ਮਾਹੌਲ ਨਾ ਤੇ ਫਿਰ ਉਹ ਜਦੋਂ ਰਿਲੀਜ਼ ਕਰਨਾ ਸੀ ਜਦੋਂ ਬਾਕੀ ਦੇ ਨਾਲ ਹੋਰ ਕੰਪਨੀਆਂ ਚ ਗੀਤ ਨਹੀਂ ਸੀ ਪਾ ਸਕਦੇ ਤੇ ਗਾਣੇ ਤਾਂ 8-10 ਸੀਗੇ ਤੇ ਉਹਦੇ ਵਿੱਚ ਫਿਰ ਉਹ ਜਿਹੜਾ ਆਪਣਾ ਪੋਇਟਰੀ ਸੀ ਉਹ ਨਵੀਂ ਸੀ ਸਾਰੇ ਸ਼ੇਰ ਹਨਾ ਉਹ ਕਿਹਦੇ ਉਹ ਵੀ ਜਮਾ ਹੋ ਗਏ ਜਿਆਦਾ ਉਹ ਜਦੋਂ ਰਿਲੀਜ਼ ਕੀਤਾ ਉਹ ਮਤਲਬ ਹੈਰਾਨੀ ਦੀ ਗੱਲ ਯਾਰ ਪਿਆ ਤਾਂ ਆ ਸੀ ਨਹੀਂ ਸੀ ਬੇ ਇਦਾਂ ਇਦਾਂ ਸ਼ੇਰਾਂ ਨੂੰ ਵੀ ਕੋਈ ਰਿਲੀਜ਼ ਕਰ ਸਕਦੇ ਆਪਾਂ ਹਨਾ ਚਲੋ ਫਿਰ ਲੱਗਾ ਵੀ ਮਾਲਕ ਨੇ ਇੱਕ ਰਾਹ ਦਿਖਾਤਾ ਹਨਾ ਜੀ ਤੇ ਫਿਰ ਉਸ ਤੋਂ ਬਾਅਦ ਫਿਰ ਵਾਹ ਜੀ ਉਹ ਕਰਕੇ ਬਾਈ ਜੀ ਲਿਖਤ ਦੇ ਵਿੱਚ ਇੱਕ ਤਾਂ ਹੈ ਉਸਤਾਦ ਜੀ ਜਿਹੜਾ ਜਿਹੜਾ ਤੁਹਾਨੂੰ ਸਖੌਲ ਜੀ ਇੱਕ ਪ੍ਰੇਰਣਾ ਸਰੋਤ ਆ ਜਿਹਨੂੰ ਵੇਖ ਕੇ ਜਿਹਨੂੰ ਜਿਹੜੀ ਮੱਛੀ ਦੀ ਅੱਖ ਵੱਲ ਨਿਗਾਹ ਮਾਰ ਕੇ ਤੀਰ ਛੱਡਣਾ ਜੀ ਜੀ ਜਦ ਤੁਸੀਂ ਇਸ਼ਕ ਦੀ ਗੱਲ ਕਰਦੇ ਹੋ ਸੰਜੀਦੇ ਦੀ ਗੱਲ ਕਰਦੇ ਹੋ ਬਹੁਤ ਗੱਲਾਂ ਚੱਲਦੀਆਂ ਨੇ ਵੀਰ ਦੇਵੀ ਐਉਂ ਕਿਉਂ ਆ ਦੇਵੀ ਉਦਾਸ ਕਿਉਂ ਆ ਮਤਲਬ ਇਹ ਤਾਂ ਦਾਸੀ ਆ ਗਿਆ ਨਹੀਂ ਤੁਸੀਂ ਤਾਂ ਠਾਕਾ ਤਿੰਨ ਘਰਾਂ ਸੁਣਦਾ ਜਾਂ ਹੱਸ ਕੇ ਗਾਉਂਦੇ ਬਿਲਕੁਲ ਬਿਲਕੁਲ ਅੱਛਾ ਜਿਹੜੀ ਜਿਹੜੀ ਇਹ ਲਿਖਤ ਹੈ ਜੀ ਇਹਦਾ ਜਿਹੜਾ ਮੁੱਦਾ ਜੀ ਮੁੱਦਾ ਸੈੱਟ ਕਰਕੇ ਲਿਖਦੇ ਹੋ ਜਾਂ ਲਿਖਣ ਲੱਗਿਆਂ ਜੋ ਮੁੱਦਾ ਵਿੱਚੋਂ ਨਿਕਲਿਆ ਇਹ ਵਾਜੀ ਕੋਈ ਥਾਟ ਹੈ ਜਦੋਂ ਜਦੋਂ ਕੋਈ ਆਉਂਦਾ ਨਾ ਕੋਈ ਕ੍ਰੀਏਸ਼ਨ ਖਿਆਲ ਆਉਂਦਾ ਜਦੋਂ ਕੋਈ ਖਿਆਲ ਆਉਂਦਾ ਨਾ ਸਾਡੇ ਕਿ ਨਜ਼ਮ ਦੇ ਬੋਲ ਸੀ ਕਿ ਖਿਆਲ ਕਈ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਸ਼ਬਦ ਨਹੀਂ ਮਿਲਦੇ ਵਾਹ ਵਾਹ ਰਿਸ਼ਤੇ ਕਈ ਐਸੇ ਹੁੰਦੇ ਨੇ ਜੀ ਹੁੰਦੇ ਨੇ ਜਿਨ੍ਹਾਂ ਨੂੰ ਨਾਮ ਨਹੀਂ ਮਿਲਦਾ ਜਾਮ ਕਈ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਹੋਂਠ ਨਹੀਂ ਮਿਲਦੇ ਹੋਂਠ ਕਈ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਜਾਮ ਨਹੀਂ ਮਿਲਦਾ ਕਮਾਲ ਹੈ ਜਿਹਦੀ ਆਵਾਜ਼ ਨੂੰ ਤਰਸਾਂ ਉਹ ਸਦਾ ਕਿਉਂ ਨਹੀਂ ਦਿੰਦਾ ਮੈਂ ਮੁਜਰਮ ਸਾਬਤ ਹੋ ਚੁੱਕਿਆ ਫਿਰ ਸਜ਼ਾ ਕਿਉਂ ਨਹੀਂ ਦਿੰਦਾ ਕੁਝ ਸਵਾਲ ਨੇ ਐਸੇ ਜੋ ਪਰੇਸ਼ਾਨ ਕਰਦੇ ਬੱਲਾ 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 ਸੁਭਾਜੀ ਇਸ ਤਰ੍ਹਾਂ ਹੁੰਦਾ ਕਿ ਜਦੋਂ ਸਭ ਤੋਂ ਵੱਡੀ ਗੱਲ ਥਾਟ ਹੈ ਸਭ ਤੋਂ ਵੱਡਾ ਖਿਆਲ ਹੈ ਨਾ ਇੱਕ ਸ਼ਾਇਰ ਨੂੰ ਚੰਗਾ ਹਮੇਸ਼ਾ ਲੱਗਦਾ ਕੋਈ ਬਹੁਤ ਹੀ ਵੱਖਰਾ ਖਿਆਲ ਔੜੇ ਇੱਕ ਸ਼ਾਇਰ ਨੂੰ ਚੰਗਾ ਹਮੇਸ਼ਾ ਲੱਗਦਾ ਕੋਈ ਬਹੁਤ ਹੀ ਵੱਖਰਾ ਖਿਆਲ ਔੜੇ ਉਸ ਖਿਆਲ ਨੂੰ ਟੁਕਮੇ ਹਰਫ ਮਿਲਣੇ ਉਹਨਾਂ ਹਰਫਾਂ ਦਾ ਅੰਤ ਨੂੰ ਕਮਾਲ ਹੋ ਗਿਆ ਯੋ ਜੀ ਇਹ ਕਮਾਲ ਇੱਕ ਉਜਰਦੀ ਆ ਬਾਕੀ ਜਿੰਨਾ ਤੁਸੀਂ ਆਪਣੇ ਕੰਮ ਨੂੰ ਸੰਜੀਦਗੀ ਨਾਲ ਕਰਦੇ ਹੋ ਤੇ ਬਾਕੀ ਜਿਹੜਾ ਚੰਗਾ ਕਲਾਸਿਕਲ ਲਿਟਰੇਚਰ ਪੜਿਆ ਹੋਇਆ ਚੰਗੇ ਸ਼ਾਇਰਾਂ ਦੀ ਸੰਗਤ ਕੀਤੀ ਹੋਈ ਉਹਦਾ ਫਰਕ ਪੈਂਦਾ ਹਾਂਜੀ ਉਹ ਸਦਾ ਗੁਰਦੇਵ ਸਿੰਘ ਮਾਨ ਉਹਨਾਂ ਦੀ ਸੰਗਤ 6-7 ਸਾਲ ਕੀਤੀ ਚਾਰਨਾਂ ਤੇ ਬੈਠਿਆ ਹਾਂ ਫਿਰ ਗੁਰੂ ਜੀ ਪੱਤ ਸਾਬ ਡਾਕਟਰ ਜਗਤਾਰ ਸਾਹਿਬ ਉਹਨਾਂ ਦਾ ਵੀ ਸਟੂਡੈਂਟ ਵੀ ਰਹਾ ਹਣਾ ਜੀ ਤੇ ਗੁਰੂ ਜੀ ਪਾਤਰ ਸਾਹਿਬ ਦਾ ਇਸ ਤਰ੍ਹਾਂ ਲੱਗਦਾ ਮੈਂ ਹਮੇਸ਼ਾ ਕਹਿੰਦਾ ਨਾ ਯਾਰ ਅਸੀਂ ਭਾਗਾ ਵਾਲੇ ਆ ਪਈ ਅਸੀਂ ਉਦੋਂ ਧਰਤੀ ਤੇ ਹੈਗੀਆਂ ਜਦੋਂ ਗੁਰੂ ਜੀ ਪਾਤਰ ਸਾਹਿਬ ਸ਼ਾਇਰੀ ਕਰ ਹੁਣ ਵੀ ਮਿਲਦੇ ਆ ਬਿਲਕੁਲ ਜੀ ਮੈਂ ਤਾਂ ਉਹੀ ਹਿੰਦਾ ਮੈਂ ਕਈ ਵਾਰ ਹੱਸਦਾ ਹੁੰਨਾ ਉਦੋਂ ਮੈਂ ਹਮਾਲਕ ਦੀ ਕਿਰਪਾ ਨਾਲ ਅੱਜ ਤੱਕ ਔਕਾਤ 'ਚ ਹੀ ਰਹੀਦਾ ਪਈ ਜੇ ਕਿਤੇ ਲੱਗੇ ਨਾ ਬਈ ਔਕਾਤ 'ਚੋਂ ਨਿਕਲ ਲੱਗੇ ਆ ਪਈ ਗੁਰੂ ਜੀ ਲੁਧਿਆਣੇ ਰਹਿੰਦੇ ਮੈਂ ਫਗਵਾੜੇ ਹੁੰਨਾ ਤੇ ਇੱਕ ਵਾਰ ਦਰਸ਼ਨ ਕਰੀ ਤੇ ਫਿਰ ਜਾ ਕੇ ਟਿਕਾਣੇ ਤੇ ਲੱਗ ਜਾਈਦਾ ਕੀ ਸਾਡੀ ਗਜ਼ਲ ਦੇ ਇੱਕ ਸ਼ੇਰ ਵੀ ਹੈ ਸਰ ਇਹਦੇ ਵਿੱਚ ਕਿ ਹੱਸਣ ਤੇ ਕੋਈ ਫੀਸ ਨਹੀਂ ਹੈ ਹੱਸਣ ਤੇ ਕੋਈ ਫੀਸ ਨਹੀਂ ਹੈ ਤੰਦਰੁਸਤੀ ਦੀ ਰੀਸ ਨਹੀਂ ਹੈ ਹੱਸਦੇ ਆ ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਕੋਈ ਤਕਲੀਫ ਨਹੀਂ ਵਾਹ ਵਾਹ ਜੰਗ ਦੇ ਬੱਦਲ ਜੱਗ ਤੇ ਛਾਏ ਅੱਜ ਕੱਲ ਮੌਸਮ ਠੀਕ ਨਹੀਂ ਹੈ ਸਾਡਾ ਕੰਮ ਉਡੀਕਦੇ ਰਹਿਣਾ ਓਣ ਦੀ ਕੋਈ ਤਰੀਕ ਨਹੀਂ ਹੈ ਚੇਤਾ ਤੇਰਾ ਅੱਜ ਵੀ ਆਵੇ ਪਰ ਹੁਣ ਓਨੀ ਟੀਸ ਨਹੀਂ ਹੈ ਦੇਵੀ ਤੂੰ ਵੀ ਲਿਖਦਾ ਰਹਿਣਾ ਪਰ ਪਾਤਰ ਸਾਹਿਬ ਦੀ ਰੀਸ ਨਹੀਂ ਵਾਹ ਵਾਹ ਅਸਲੀਅਤ ਬਾਜੀ ਇਹ ਆ ਸੋ ਆਦल्या ਉਹ ਬਾਬਾ ਜੀ ਉਹ ਕਿਰਪਾ ਉਹਨਾਂ ਦੇ ਗੁਰੂ ਲੋਕਾਂ ਦੀ ਆਸ਼ੀਰ ਸ਼ਾਇਰਾਂ ਦੀ ਉਹ ਵੱਡੇ ادیਬਾਂ ਦੀ ਜਿਹਨਾਂ ਦੀ ਸੰਗਤ ਜਾਂਦੇ ਆਸ਼ੀਰਵਾਦ ਮਿਲਿਆ ਮੁਫਤ ਚ ਮਿਲਿਆ ਹਨ ਸਮਾਂ ਤਾਂ ਨਹੀਂ ਕੋਈ ਨੀਅਤ ਹੁੰਦਾ ਇਹ ਤਾਂ ਪਤਾ ਨਹੀਂ ਕਾਦ ਕੀ ਉਹ ਜਦੋਂ ਜਦੋਂ ਕਦੇ ਜ਼ੈਨ ਚ ਗੱਲ ਆ ਗਈ ਹਨ ਜੀ ਤੇ ਬਸ ਉਦੋਂ ਤੁਸੀਂ ਜੇ ਫ੍ਰੀ ਹੈਗੇ ਆ ਤਾਂ ਜਾਂ ਫਿਰ ਤੁਹਾਡੇ ਜ਼ੈਨ ਚ ਨੋਟ ਹੋ ਜਾਂਦੀ ਗੱਲ ਵੀ ਜਦੋਂ ਵੇਲੇ ਜਦੋਂ ਉਹਨਾਂ ਫਿਰ ਸ਼ਬਦ ਜਿੰਦਗੀ ਸਾਦੀ ਆ ਬਹੁਤ ਤੁਹਾਡੀ ਜਦੋਂ ਵੇਲ ਹੁੰਦਾ ਉੱਥੇ ਕੋਈ ਕਾਨਸਰਟ ਨਾ ਹੋਵੇ ਕਿਤੇ ਵੀ ਟਰੈਵਲ ਨਾ ਕਰਨਾ ਹੋਵੇ ਫਗਵਾੜਾ ਹੋਵੇ ਜਾਂ ਮਖਸੂਸਪੁਰ ਹੋਵੇ ਫੇਰ ਕੀ ਕਰਦੇ ਹਾਂ ਉੱਧਰ ਭਾਜੀ ਮੈਂ ਫੇਰ ਕੋਈ ਇਹ ਲੱਭਦਾ ਕਿਸੇ ਬੰਦੇ ਨੂੰ ਜਿਹੜਾ ਇੱਕ ਉਹ ਪਾਣਾ ਚੁਟਕਲਾ ਆਇਆ ਨਾ ਕਹਿੰਦੇ ਬੰਦਾ ਬਾਜ਼ਾਰ ਚ ਭੱਜ ਜਾਵੇ ਕੋਦੇ ਪਿੱਛੇ ਭੱਜ ਜਾਵੇ ਸੁਣਾ ਆ ਗਿਆ ਮੇਰੀ ਸੁਣਾ ਉਹ ਕਹਿੰਦਾ ਆਪਣੀ ਕਵਤਾ ਸੁਣਾ ਕੇ ਤੇ ਮੈਂ ਤਾਕੇ ਨਾ ਸੁਣਤਾ ਫੜ ਲੈਣੇ ਆ ਜਾ ਆ ਜਾ ਵੀ ਚੱਲੀ ਸੁਣਾ ਜੀ ਇੱਕ ਉਹ ਚੰਨਾ ਕੋਈ ਵੀ ਸੱਜਣ ਮਿੱਤਰ ਤੁਹਾਡੇ ਵਰਗਾ ਹੱਥ ਚੜ ਗਿਆ ਚਲੋ ਯਾਰ ਰੂਹਦਾਰੀ ਕਰੀਏ ਹੈਨਾ ਤੇ ਮੇਰਾ ਤਾਂ ਕਈ ਵਾਰ ਚਲੋ ਮਾਲਕ ਦੀ ਕਰਮਾ ਜੀ ਕਿਤੇ ਮੈਂ ਅੱਧੇ ਘੰਟੇ ਵੀ ਕਿਤੇ ਵਾਂਡੇਗੇ ਹੈਨਾ ਅਸੀਂ ਦੁਆਬੇ ਵਾਲੇ ਵਾਂਡਾ ਸ਼ਾਹ ਹੁਸਰਦੇ ਹਾਂ ਨਾ ਵੀ ਕਿਸੇ ਉਪਰੀ ਜਗ੍ਹਾ ਵੀ ਉੱਥੇ ਗੱਲਾਂ ਹੀ ਤਰਪਾਈ ਕੋਈ ਕਹਿੰਦਾ ਯਾਰ ਬਾਈ ਹੋਰ ਵਹਜਾ ਥੋੜਾ ਚਿਰ ਨਾ ਜੀ ਜੇ ਲੱਗ ਜਦੋਂ ਪਰਮਜੀਤ ਸਰ ਚਾਚੇ ਦਾ ਬੇਟਾ ਉੱਥੇ ਰਹਿੰਦਾ ਤੇ ਉਹ ਬਾਕੀ ਪਿੰਡ ਵਾਲੇ ਸਾਰੇ ਪਿਆਰ ਹੁਣ ਵੀ ਅਸੀਂ ਇੱਕ ਦਿਨ ਸਾਡੇ ਪਿੰਡ ਦੀਆਂ ਫੈਮਲੀ ਅਸੀਂ ਘਰ ਮੈਂ ਕਿਹਾ ਸਿਰਫ 15 ਫੈਮਲੀਆ ਦੋ ਤਿੰਨ ਸਾਲ ਦੀ ਸੋਚੀ ਜਾਂਦੇ ਸੀ ਘਰ ਸਾਦਨੇ ਹੋਇਆ ਸਾਰੇ ਪਰਿਵਾਰ ਜਿੰਨੀਆਂ ਬੇਟੀਆਂ ਸਾਡੇ ਪਿੰਡ ਦੀਆਂ ਨੂੰਹਾਂ ਤੀਆਂ ਉਹ ਸਾਰੇ ਅਸੀਂ ਘਰੇ ਇਕੱਠੇ ਹੋਏ ਸਵਾਦ ਲਿਆ ਤੇ ਬੜਾ ਚੰਨਾ ਨੂੰ ਸੱਦਾ ਦਿੱਤਾ ਭਾਈ ਤੁਸੀਂ ਪ੍ਰੋਗਰਾਮ ਤੇ ਆਓ अच्छा भाई जी हुन 17 ਦਾ ਜਿਹੜਾ ਸ਼ੋਅ ਹੈ ਸ਼ੋਅ ਬਹੁਤ ਹੋਏ ਪਿਛਲੇ 4 ਮਹੀਨੇ ਕਿਉਂਕਿ ਕੋਵਿਡ ਬੰਦ ਬਿਲਕੁਲ 2 ਸਾਲ ਦਾ ਬੰਦ ਰਿਹਾ ਮਤਲਬ ਤਰਥਲੀ ਬਚਾਤੀ ਸ਼ੋਆ ਨੇ ਬਿਲਕੁਲ ਹੁਣ ਆਪਣਾ ਜਿਹੜਾ ਇਹ ਚਲੋ ਰਿਕਾਰਡਿੰਗ ਤਾਂ ਹੋਣੀ ਹੈ ਟੋਰਾਂਟੋ ਪਰ ਇੱਥੇ ਰਿਕਾਰਡਿੰਗ ਤੋਂ ਘੱਟ ਕਮੀ ਨਹੀਂ ਹੋਣੀ ਇਹ ਤੁਹਾਡਾ ਪਿੰਡ ਹੈ ਬਿਲਕੁਲ ਜੀ ਆਪਣਾ ਹੁੰਦਾ ਜਿਵੇਂ ਮਖਸੂਸਪੁਰ گاਉਣਾ ਬਿਲਕੁਲ 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 ਅੱਛਾ ਕੀ ਭਾਈ ਜੀ ਇਸ ਵਾਰ ਲਈ ਤਰਤੀਬ ਕੀ ਰੱਖੀ ਹੋਈ ਹੈ ਦੋ ਤਿੰਨ ਘੰਟੇ ਕੀ ਗਾਉਣਾ ਕੀ ਸੁਣਾਉਣਾ ਬਿਲਕੁਲ ਜੀ ਮੈਨੂੰ ਹੁਣ ਜਿੰਨੇ ਵੀ ਨਾ ਕੁਲਵੀਰ ਆਪਣੇ ਸੁਖਤਾ ਸਾਹਿਬ ਪ੍ਰੋਫੈਸਰ ਸਾਹਿਬ ਤਾਂ ਉਹਨੂੰ ਇੱਕ ਦਿਨ ਮਿਲੇ ਤਾਂ ਉਹ ਮੈਨੂੰ ਹੱਸਣ ਲੱਗਿਆ ਕਹਿੰਦਾ ਭਾਜੀ ਤੁਸੀਂ ਬੁਰਾ ਨਾ ਬਣਾਓ ਤੁਸੀਂ ਤਾਂ ਪ੍ਰੋਗਰਾਮ ਕਰਕੇ ਚਲੇ ਜਾਂਦੇ ਆਂ ਬਸ ਅਸੀਂ ਕਹਿੰਦੇ ਵਿਚਰਦੇ ਆਂ ਸਾਰੇ ਜਨ ਤਾਂ ਉਹ ਕਹਿੰਦੇ ਇਹ ਕਹਿੰਦਾ ਯਾਰ ਭਾਜੀ ਨੇ ਸ਼ੇਅਰ ਥੋੜੇ ਘੱਟ ਸੁਣਾਏ ਘੱਟ ਵੀ ਲੋਕ ਵੀ ਗਾਣਾ ਭਾਵੇਂ ਘੱਟ ਗਾਓ ਪਸੰਦ ਹੈ ਉਹ ਕਰਦੇ ਤੇ ਉਹ ਤੁਸੀਂ ਪੋਇਟਰੀ ਜ਼ਿਆਦਾ ਚਾਹੀਦੀ ਮੇਰਕੇ ਆ ਬਾਬਾ ਵੀ ਹੋਰ ਜਿੰਨਾ ਕਿੰਦਾ ਆਪਣਾ ਉਹ ਵੀ ਕਹਿੰਦਾ ਜਿੰਨੇ ਸਪான்ਸਰ ਵੀ ਨਾਲ ਗੱਲ ਦੀ ਕੋਈ ਟਿਕਟਾਂ ਲੈਂਦੇ ਸੱਜਣਾਂ ਤਾਂ ਉਹ ਕਹਿੰਦਾ ਮੈਂ ਪੁੱਛੀ ਜਾਂਦਾ ਵੀ ਵੀ ਤੁਸੀਂ ਕੀ ਮੂੜਿਆ ਸਾਰੇ ਕਹਿੰਦੇ ਨੇ ਯਾਰ ਪੋਇਟਰੀ ਸਾਨੂੰ ਜ਼ਿਆਦਾ ਚਾਹੀਦੀ ਆ ਤਾਂ ਹੁਣ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਤੇ ਮਤਲਬ ਇੰਨਾ ਮੈਨੂੰ ਪ੍ਰੈਸ਼ਰ ਫੈ ਗਿਆ ਮੈਂ ਪਹਿਲੀ ਵਾਰ ਲਿਸਟ ਬਣਾਈ ਭਾਜੀ ਵਾ 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 ਯਾਨੀ ਉਹ ਸ਼ੇਰਾਂ ਦੇਣਾ ਇੱਕ ਦੋ ਦੋ ਹਰਫ ਲਿਖ ਲੈ ਤਾਂ ਕਿ ਯਾਦ ਰਵੇ ਪੇ ਯਾਰ ਕੋਈ ਜਿੰਨ ਪੁਰਾਣੇ ਤੋਂ ਲੈ ਕੇ ਪਹਿਲੀ ਲਾਇਬ੍ਰੀ ਤੋਂ ਲੈ ਕੇ ਜਾਂ ਹੋਰ ਵੀ ਜਿਹੜਾ ਕੋ ਨਵਾਂ ਜ਼ਹਿਨ ਚ ਆ ਜਾ ਸਾਰੇ ਲਿਖੇ ਉਹ ਮੈਂ ਬਸ ਯਾਦ ਤਾਂ ਹੈਗੇ ਇਹਦੇ ਹਾਂ ਪਰ ਪੁਆਇੰਟ ਪੁਆਇੰਟ ਕਰ ਲਿਆ ਹਾਂ ਜੀ ਵੀ ਜੀ ਮੈਨੂੰ ਉਹ ਮੈਂ ਕਿਹਾ ਮੁੰਡੇ ਨੂੰ ਫੜਾ ਦੇਣੀ ਯਾਰ ਤੂੰ ਮੈਨੂੰ ਦੱਸੀ ਜਾਏ ਵੀ ਆਪਣਾ ਘਰ ਆ ਇੱਥੇ ਹਨਾ ਜਿੰਨੀ ਹੁਣ ਆਸਿਆ ਉਹਨਾਂ ਨੇ ਰੱਖੀ ਹੋਈ ਵੀ ਮਾਲਕ ਲਾਜ ਰੱਖੇ ਕਿਰਪਾ ਰੱਖੇ ਵੀ ਉੱਥੇ ਤੱਕ ਪਹੁੰਚ ਜਾਈਏ ਨਵਾਂ ਇਹਦੇ ਲਈ ਵੀ ਨਵਾਂ ਲਿਖਿਆ ਕੁਛ ਮੈਨੂੰ ਇਹ ਵੀ ਪਤਾ ਲੱਗਿਆ ਹਾਂ ਕੁਛ ਨਾ ਕੁਛ ਆਉਂਦਾ ਰਹਿੰਦਾ ਹਾਂ ਹਾਂ ਜੀ ਬਿਲਕੁਲ 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 ਜੇ ਕੋਈ ਨਾ ਕੋਈ ਤਾਂ ਫ ਨਮਾਲੇ ਗੀਤ ਨੇ ਜੇ ਤੁਹਾਡਾ ਵੀ ਆਪਣਾ ਸ਼ੌਕ ਹੈ ਮੈਨੂੰ ਲੱਗਦਾ ਪੋਇਟਰੀ ਤੇ ਬੜਾ ਖੁਸ਼ ਜਾਂ ਕਮ ਕਮ ਕੇ ਗੇੜਾ ਦੇ ਦੇ ਆਉਣਾ ਜੀ ਜੀ ਬਿਲਕੁਲ 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 ਭਾਜੀ ਮੈਨੂੰ ਲੱਗਦਾ ਇੱਕ ਦੋ ਤਰੀਕੇ ਦਾ ਮਾਹੌਲ ਹੁੰਦਾ ਜੀ ਸਟੇਜ ਦਾ ਮੈਂ ਨੋਟ ਕਰਦਾ ਜੇ ਤੁਸੀਂ ਪੰਜਾਬ ਵਿੱਚ ਵਿਆਹ ਦਾ ਖੜਾ ਲਾਉਨੇ ਆ ਤੂੰ ਨੱਚ ਰਿਓ ਸਾਰੇ ਨੱਚਣਾ ਪੰਗੜਾ ਪੈਣਾ ਹੁੰਦਾ ਉੱਥੇ ਦਾ ਚੱਕਦਾ ਹੁਣ ਪਿੱਛੇ ਸਿਹਾਲ ਚ ਮੈਨੂੰ ਲੱਗਦਾ ਅਸੀਂ ਇੱਕ ਵੀ ਜਿੰਨੇ ਕੀ ਪ੍ਰੋਮ ਲਾਇਆ ਨਾ ਕਿਤੇ ਵੀ ਪੋਟੇ ਮੈਂ ਕਿਹਾ ਯਾਰ ਇੱਥੇ ਕੀ ਕੋਈ ਸ਼ੁਰੂ ਜਨ ਨੱਚਣ ਲੱਗ ਜਾਂਦੇ ਆ ਤੇ ਇੱਕ ਮੁੰਡਾ ਹੈ ਆਪਣਾ ਕਰਨਗਿਲ ਟ੍ਰਾਂਟੋ ਤੋਂ ਆਪਣਾ ਬਹੁਤ ਪਿਆਰਾ ਅਜ਼ੀਜ਼ ਆ ਉਹਦਾ ਨਾਬੇ ਵਿਆਹ ਸੀ ਕਿ ਮੈਨੂੰ ਯਾਦ ਆ ਤਾਂ ਉਹ ਜਿਹੜਾ ਮੁੰਡਾ ਤੇਰੀਆਂ ਗੱਲਾਂ ਵਾਲਾ ਪਾਲੀ ਸੰਧੂ ਇਹ ਮਾਡਲ ਹੈ ਹੂੰ ਇਹ ਵੀ ਆਇਆ ਸੀ ਉਹਦਾ ਦੋਸਤ ਹੈ ਵਾਹ ਵਾਹ ਇਹਨੇ ਕੇਸਰੀ ਚ ਵੀ ਕੰਮ ਕੀਤਾ ਆਕਸ਼ੇਸ਼ ਕੁਮਾਰ ਉਹਨਾਂ ਨੂੰ ਵੱਡਾ ਐਕਟਰ ਹੈ ਉਹ ਇੰਨਾ ਕੋਈ ਮਾਲਕ ਦੀ ਕਿਰਪਾ ਨਾ ਕਹਿੰਦਾ ਭਾਜੀ ਮੈਨ ਤੇਰੀਆਂ ਗੱਲਾਂ ਹਨਾ ਮੈਂ ਤਾਂ ਆ ਜਾ ਯਾਰ ਹਨਾ ਤਾਂ ਉਸ ਦਿਨ ਫਿਰ ਮੈਂ ਲਾ ਤਾਂ ਫਿਰ ਉਹ ਸਾਰੇ ਕਬ 100 ਰੁਪਏ ਅੱਧਾ ਪੌਣਾ ਕੰਡਾ ਫਿਰ ਉਹ ਚਲੇ ਗਏ ਪੋਇਟਰੀ ਚਲੇ ਗਏ ਪੋਇਟਰੀ ਚਲੇ ਜੀ ਬਾਜੀ ਮੈਂ ਜੀ ਕੁਝ ਸਾਨੂੰ ਵੀ ਜਿਹੜਾ ਸੁਣਾਓ ਨੇ ਥੋੜਾ ਜਿਹੜਾ ਜੇ ਜਿਹੜਾ ਜਿਹੜੀ ਨਾ ਉਹ ਲੈਵਲ ਦਾ ਜਿਹੜਾ ਲੋਕੋ ਮੈਂ پاک ਮੁਹੱਬਤ ਆ ਉਹ ਚਾ ਕੁ ਸੁਣਨ ਨੂੰ ਜੀ ਕਰਦਾ ਭਜੀ ਐਦਾਂ ਦਾ ਬਾਕੀ ਜਿੰਦਾ ਮੈਨੂੰ ਕਿਸੇ ਨੇ ਕਿਹਾ ਸੀਗਾ ਵੀ ਕਹਿੰਦਾ ਯਾਰ ਵੀ ਇਹ ਮੈਨੂੰ ਯਾਦ ਮੈਂ ਕਈ ਵਾਰ ਜ਼ਿਕਰ ਕੀਤਾ ਕਿ ਲੈਕਚਰਰ ਸੀਗੇ ਯੂਨੀਵਰਸਿਟੀ ਤੋਂ ਨੂੰ ਚਿੱਠੀ ਆਈ ਸੀ ਬੜੇ ਸਾਲ ਪਹਿਲਾਂ ਜਦ ਚਿੱਠੀਆਂ ਦੌਰ ਸੀ ਉਹਨੇ ਐਂਡ ਤੇ ਇਹ ਲਿਖਿਆ ਸੀ ਕਹਿੰਦਾ ਯਾਰ ਮੈਂ ਤੈਨੂੰ ਚੈਲੰਜ ਕਰਦਾ ਇਹ ਗਾਣੇ ਨੂੰ ਟੱਪ ਕੇ ਦਿਖਾਈ ਤੋ ਕਿਤੇ ਵਾਹ ਵਾਹ ਇਹ ਵੀ ਸ਼ਾਇਦ ਸ਼ਾਇਦ ਕਰਾਸ ਕਰੇ ਪਰ ਮੈਂ ਪਿੱਛੇ ਦੋ ਚੀਜ਼ਾਂ ਆਈਆਂ ਤਮੈਨੂੰ ਗੁਰਪ੍ਰੀਤ ਖੁੱਗੀ ਪਾ ਉਹਨਾਂ ਨੇ ਕਿਹਾ ਉਹ ਹੁਣ ਉਹਨਾਂ ਨੇ ਸਾਂਝੀ ਗੱਲ ਕਰੀਦੀ ਆ ਇੱਕ ਤਾਂ ਪਾਰਟੀਸ਼ਨ ਤੇ ਗਾਣਾ ਸੀਗਾ 47 ਦੇ ਉੱਚ ਕੰਮ ਵੀ ਉਹਨਾਂ ਨੇ ਐਕਟਿੰਗ ਕੀਤੀ ਵੀਡੀਓ ਬਣਿਆ 11:30 ਮਿੰਟ ਦਾ ਗਾਣਾ ਤੇ ਉਹ ਸਟਾਲਨ ਵੀਰ ਉਹਨਾਂ ਨੇ ਵੀਡੀਓ ਕੀਤਾ ਤੇ ਉਹ ਮੈਂ ਤੁਹਾਨੂੰ ਉਹਦੇ ਦੋ ਹਾਂਜੀ ਬਿਲਕੁਲ ਹਾਂ ਉਹ ਸੀਗਾ ਕਿ ਭਾਰਤ ਵਰਸ਼ ਦੀ ਕਿਸਮਤ ਦੇ ਕੀ ਕਹਨੇ ਕਿੰਨੀ ਵਾਰ ਲੁਟੇਰਾ ਹੁਕਮਰਾਨ ਬਣਿਆ ਸਦੀਆਂ ਤੀਕ ਗੁਲਾਮੀ ਦੇ ਰਹੇ ਸੰਗਲ ਇਹਨੂੰ ਲੁੱਟਣ ਦਾ ਇੱਥੇ ਹੀ ਸਮਾਨ ਬਣਿਆ ਇਹਦੀ ਸਾਂਝ ਤੇ ਏਕਤਾ ਤੜਕਦੀ ਰਹੀ ਜਦੋਂ ਕਦੇ ਹਾਕਮ ਬੇਈਮਾਨ ਬਣਿਆ ਗੋਰੀ ਚਮੜੀ ਨੇ ਫੁੱਟ ਦੇ ਬੀਜ ਬੀਜੇ ਜਿਹਦਾ ਖੂਨੀ ਨਤੀਜਾ ਪਾਕਿਸਤਾਨ ਬਣਿਆ ਵਾਹ ਵਾਹ ਇਹ ਸਾਢੇ 11 ਮਿੰਟ ਦਾ ਗਾਣਾ ਇਹ ਮੈਂ ਜ਼ਰੂਰ ਪੇਸ਼ ਕਰਾਂਗਾ ਹਾਂ ਬਿਲਕੁਲ ਸਰ ਇੱਥੇ ਇਹ ਇਹ ਪੰਜਾ ਸਾਹਿਬ ਨਨਕਾਣਾ ਕਰਤਾਰਪੁਰ ਵੀ ਕਿੰਨੇ ਗੁਰੂਆਂ ਦੇ ਉੱਥੇ ਅਸਥਾਨ ਰਹਿ ਗਏ ਜਿਨ੍ਹਾਂ ਵਾਸਤੇ ਰੋਜ਼ ਅਰਦਾਸ ਕਰੀਏ ਜਿਨ੍ਹਾਂ ਵਿੱਚ ਧੜਕੇ ਸਾਡੀ ਜਾਨ ਰਹਿ ਗਏ ਮਾਰਾਂ ਮਾਰੀਆਂ ਜਿੱਥੇ ਰਣਜੀਤ ਸਿੰਘ ਨੇ ਸਿੱਖ ਰਾਜ ਦੇ ਕਿੰਨੇ ਨਿਸ਼ਾਨ ਰਹਿ ਗਏ ਸਾਡਾ ਪੂਰਾ ਸ਼ਰੀਰ ਇੱਥੇ ਪਹੁੰਚਿਆ ਨਹੀਂ ਕੁਝ ਹੰਗ ਸਾਡੇ ਪਾਕਿਸਤਾਨ ਰਹਿ ਗਏ ਸਵਾਦ ਬਿਲਕੁਲ ਇਹ ਇਹ ਪੇਸ਼ ਕਰਾਂਗੇ ਜੀ ਹਨਾ ਜੀ ਜਦ ਲੋਕਾਂ ਨੂੰ ਦੱਸਦੇ ਆ ਬਈ ਆਪਾਂ 2.5 ਕਰੋੜ ਸਿੱਖਾਂ ਵਾਲੇ ਪੰਜਾਬ ਦੇ ਨੇ ਤਾਂ 20 ਕਰੋੜ ਵਾਲੀ ਬੁਲੀ ਵਾਲੇ ਬਿਲਕੁਲ ਜੀ 7-8 ਕਰੋੜ ਤਾਂ ਪਾਕਿਸਤਾਨ ਚ ਪੰਜਾਬੀ ਬੋਲਦੇ ਹਨ ਜੀ ਬਿਲਕੁਲ ਨਾਲੇ ਆਂ ਠੇਠ ਬੋਲਦੇ ਜੀ ਭਾਈ ਜੀ ਬਿਲਕੁਲ ਉਹਨਾਂ ਦੀ ਬਸਾਰੀ ਪੋਰਾ ਬਿਲਕੁਲ ਉਹ ਉਹ ਉਹਨਾਂ ਦਾ ਲਹਿਜਾ ਬੜਾ ਕਮਾਲ ਦਾ ਜਿਹੜਾ ਅੰਮ੍ਰਿਤਸਰ ਇਹ ਮੱਝ ਏਰੀਆ ਨਾ ਕੋ ਲਾਹੌਰ ਦਾ ਉਹ ਬਿਲਕੁਲ ਉਹਨਾਂ ਦੀ ਉਹ ਟੋਨ ਹੈ ਤੇ ਇੱਕ ਭਾਈ ਜੀ ਇੱਕ ਪੋਇਟਰੀ ਸੀਗੀ ਮੈਨੂੰ ਸ਼ਾਇਦ ਤੁਹਾਨੂੰ ਅੱਛਾ ਲੱਗੇ ਆ ਜੀ ਉਸ ਕਾ ਕਿ ਸਾਡਾ ਖੂਨ ਪੀ ਕੇ ਗੁਜ਼ਰੇ ਜੋ ਉਹ ਪੈਰ ਨਹੀਂ ਭੁੱਲੇ ਸਾਡਾ ਖੂਨ ਪੀ ਕੇ ਗੁਜ਼ਰੇ ਜੋ ਉਹ ਪੈਰ ਨਹੀਂ ਭੁੱਲੇ ਸਦਾ ਤਕਲੀਫ ਜਨ ਦਿੱਤੀ ਉਹ ਤੇਰਾ ਸ਼ਹਿਰ ਨਹੀਂ ਭੁੱਲੇ ਅਬਦਾਲੀ ਮੀਰ ਮੰਨੂ ਡੈਰ ਤੇ ਓਡਵੈਰ ਨਹੀਂ ਭੁੱਲੇ ਸਾਨੂੰ ਕਦੇ ਵੀ ਗਲਾਂ ਚ ਬੜਦੇ ਟੈਰ ਨਹੀਂ ਭੁੱਲੇ ਦੋ ਵੇਲੇ ਅਸੀਂ ਅਰਦਾਸ ਵਿੱਚ ਸਭ ਦਾ ਭਲਾ ਮੰਗੀਏ ਚੇਤੇ ਦੋਸਤੀ ਰੱਖੀਏ ਕਦੇ ਵੀ ਵੈਰ ਨਹੀਂ ਭੁੱਲੇ ਸਾਡੇ ਮੁਰਸ਼ਦ ਦਾ ਪਰਿਵਾਰ ਸਾਡੇ ਮੁਰਸ਼ਿਦ ਦਾ ਪਰਿਵਾਰ ਖੇਰੂ ਖੇਰੂ ਜਨ ਕੀਤਾ ਅਜੇ ਤੱਕ ਰੜਕਦੀ ਸਰਸਾ ਦੀ ਅਥਰੀ ਲਹਿਰ ਨਹੀਂ ਭੁੱਲੇ ਵਾਹ 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 ਵਾਗੇ ਪਾਰ ਆ ਕੇ ਭਾਵੇਂ ਸਾਡੇ ਪੈਰ ਤਾਂ ਲੱਗ ਗਏ ਵਾਗੇ ਪਾਰ ਆ ਕੇ ਭਾਵੇਂ ਸਾਡੇ ਪੈਰ ਤਾਂ ਲੱਗ ਗਏ ਪੁਰਾਣੇ ਯਾਰ ਤੇ ਉਹ ਪਿੰਡ ਕਸਬੇ ਸ਼ਹਿਰ ਨਹੀਂ ਭੁੱਲੇ ਸਿਆਹੀ ਕਲਮ ਲੈ ਕੇ ਆਵੀਂ ਲਿਖ ਲਿਖ ਪੋਥੀਆਂ ਪਰ ਲਈ ਅਸੀਂ ਆਪਣੇ ਤੇ ਹੁਣ ਤੇ ਜਿੰਨੇ ਹੋਏ ਕਹਿਰ ਨਹੀਂ ਭੁੱਲੇ ਵਾਹ ਵਾਹ ਅਸੀਂ ਸ਼ਾਇਰ ਹਾਂ ਜਾ ਕੇ ਨਹੀਂ ਇਹ ਤਾਂ ਪਤਾ ਨਹੀਂ ਸਾਨੂੰ ਖਿਆਲ ਕਮਜ਼ੋਰ ਨਹੀਂ ਲਿਖਿਆ ਕਦੇ ਵੀ ਬਹਿਰ ਨਹੀਂ ਭੁੱਲੇ। ਵਾਹ ਵਾਹ। ਇਹਿਸਾਨ ਥੋੜਾ ਵੀ ਜਨ ਕੀਤਾ। ਉਹਨੂੰ ਯਾਦ ਹੀ ਰੱਖਿਆ ਦੇਵੀ ਤੂੰ ਤਾਂ ਆਪਣਾ ਹੀ ਅਸਾਨੂੰ ਗਾਇਰ ਨਹੀਂ ਭੁੱਲੇ। ਵਾਹ 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 ਵਾਹ। ਬਾੜੀ ਦਾ ਗਲਾਸ ਪੀਤਾ ਉਹ ਵੀ ਨਹੀਂ ਭੁੱਲੇਗਾ। ਜੀ ਵਾਜੀ ਬਿਲਕੁਲ ਰੋਕ। ਮੈਨੂੰ ਨਾ ਨਾਲ-ਨਾਲ ਕੁਲਵੀਰ ਭੇਜ ਰਿਹਾ। ਜੀ। ਕਹਿੰਦਾ ਹੱਥ ਉੱਚੀਆਂ ਾਟਾਰੀਆਂ। ਵਾਹ। ਇਹ ਲਾਵਾਂਗੇ ਜਦੋਂ 17 ਤਰੀਕ ਨੂੰ ਆਇਆ ਨਹੀਂ ਉਹ ਜਾਣਾ ਤੂੰ ਤਾਂ ਟੀਸੀ ਵਾਲਾ ਬੇਰਸਾ ਤੂੰ ਲਾਇਆ ਨਹੀਂ ਉਹ ਜਾਣਾ ਤੇਥੋਂ ਸ਼ੋਰਤਾਂ ਦੀ ਉੱਚੀ ਕੰਧ ਟੱਪੀ ਨਹੀਂ ਉਹ ਜਾਣੀ ਸਾਥੋਂ ਪੱਲਾ ਬਦਨਾਮੀ ਦਾ ਛੁਡਾਇਆ ਛੁਡਾਇਆ ਨਹੀਂ ਉਹ ਜਾਣਾ ਇੱਕ ਨਦੀ ਦੇ ਕਿਨਾਰੇ ਦੇਵੀ ਕਦੋਂ ਮਿਲਦੇ ਆਹ ਨਹੀਂ ਤੂੰ ਜਾਣ ਕੇ ਨਹੀਂ ਆਉਣਾ ਸਾਥੋਂ ਆਇਆ ਨਹੀਂ ਬਿਲਕੁਲ ਅੱਛਾ ਇੱਕ ਹੋਰ ਉਹਨੇ ਸਤਕਾਰ ਨਾਲ ਲਿਖ ਕੇ ਭੇਜਿਆ ਜੀ ਕਹਿੰਦਾ ਪਾਤਰ ਤੋਂ ਪ੍ਰਭਾਵਿਤ ਜਿਹਨੂੰ ਚੰਡਿਆ ਏ ਜਗਤਾਰ ਨੇ ਆਹ ਵਾਹ ਪਾਤਰ ਤੋਂ ਪ੍ਰਭਾਵਿਤ ਜਿਹਨੂੰ ਚੰਡਿਆ ਇਹ ਜਗਤਾਰ ਨੇ ਸ਼ਾਇਰੀਓ ਦੀ ਦਿਲਚੀਰ ਦੀ ਲਫ਼ਜ਼ ਨਿਰੇ ਤਲਵਾਰ ਨੇ ਵਾਹ ਵਾਹ ਕੌਣ ਖਿੱਚੂਗਾ ਨਕਸ਼ੇ ਜਿਹੜੇ ਖਿੱਚਤੇ ਦੇਵੀ ਨੇ ਮੋੜ ਗੀਤ ਲਿਖੇ ਨਹੀਂ ਜਾਣੇ ਜਿਹੜੇ ਲਿਖਦੇ ਦੇਵੀ ਨੇ ਵਾਹ 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 ਕਿੰਨੇ ਉਹਦੀ ਕਲਮ ਨੇ ਅੱਜ ਕਲਾਕਾਰ ਬਣਾ ਦਿੱਤੇ ਚੱਕ ਧਰਤੀ ਤੋਂ ਅੰਬਰਾਂ ਵਾਲੇ ਸਟਾਰ ਬਣਾ ਦਿੱਤੇ ਡਾਂਸੀ ਵਾਲਿਆ ਤੈਨੂੰ ਵੀ ਜੋ ਲਿਖਣੇ ਲਾ ਗਿਆ ਏ ਮੋੜ ਨਹੀਂ ਗਾਇਆ ਗਜਾਨਾ जो भी दे लव यू कुलवीर बाबा प्रोफेसर <laughs> <laughs> साहब ये मारा खुद बजाते खुद बहुत अच्छी कलम है हाँ। पढ़े लिखे या फिर लेक्चरर रहे या, है। और बहुत, प्यार। बहुत प्यारी हाँ। रूह है बहुत हाँ। प्यारा हाँ। ਬਹੁਤ ਨਹੀਂ ਇਹ ਹਲਦ ਵਾਲੇ ਹੈ ਹੀ ਬਹੁਤ ਕਿੰਦੇ ਦਾ ਮੁੱਲ ਨਹੀਂ ਨਹੀਂ ਬਿਲਕੁਲ ਬਿੰਦਾ ਫੌਜੀ ਹੈ ਜਿੱਕਰ ਪੁਰਾਣਾ ਯਾਰ ਸਿਰੇ ਦੇ ਗੱਡਰਾ ਬਿਲਕੁਲ ਸਾਰੇ ਮਨਜੀਤ ਐ ਇੱਥੇ ਆਪਣੇ ਜੀ ਗੁਰਚਰਨ ਸੇਖੋਂ ਪਾਇਆ ਟੀਮ ਜਿਹੜੀ ਬਹੁਤ ਜ਼ਿਆਦਾ ਨੱਠ ਪੱਟ ਜਾਨੇ ਨੇ ਹਾਂਜੀ ਬਿਲਕੁਲ ਸਾਰੇ ਸਾਰੇ ਦਿਲਦਾਰ ਮੰਡੇਰ ਹੋਣੀ ਸਾਰੇ ਅੱਛਾ ਭਾਈ ਜੀ ਦੋ ਤਿੰਨ ਕਮਿੰਟ ਨੇ ਇੱਕ ਤਾਂ ਟਿਕਟਾਂ ਦਾ ਤਾਂ ਮੈਂ ਹੱਥ ਦੱਸੀ ਜਾਣਾ ਕੱਲੂ ਵੀ ਦੱਸ ਦੇਣਾ ਟਿਕਟਾਂ ਤਾਂ ਮੈਂ ਜੱਸਮ ਕੰਦੇ ਨੂੰ ਪੁੱਛਦਾ ਕਰਾਂ ਟਿਕਟਾਂ ਦਾ ਭਾਈ ਜੀ ਸਪான்ਸਰ ਇਹਨਾਂ ਨੇ ਉਹੀ ਲੈ ਗਏ ਹਾਂਜੀ ਬਿਲਕੁਲ ਸਵਾਦ ਦੀ ਗੱਲ ਹੈ ਬਿਲਕੁਲ ਵੀ ਪਰ ਯੂ ਤੋਂ ਤੁਸੀਂ ਟਿਕਟਾਂ ਲੈ ਸਕਦੇ ਹੋ ਫੋਨ ਨੰਬਰ ਜਿਹੜੇ ਨੇ ਕਿੰਦੇ ਦਾ ਜਿਹੜਾ ਉਹ ਮੈਂ ਤੁਹਾਨੂੰ ਦਿੰਨਾ 6045377235 ਜੱਸਾ ਜੱਸਾ ਓਜਲਾ ਜੀ 6046573636 ਬਿੰਦਾ ਢੱਡਾ 604782 91996 ਤੇ ਸਮਾਜੀ ਫਿਰ 7 ਵਜੇ ਸੈਟਰਡੇ ਹਾਂਜੀ 7 ਵਜੇ ਬਿਲਕੁਲ ਸਾਡੇ ਸ਼ੈਡ オーਪਨ ਹੈ ਤੇ ਸਾਡੀ ਕੋਸ਼ਿਸ਼ ਹੈ ਬਜਿੰਨੀ ਕਿ ਛੇਤੀ ਸਾਰੇ ਪਹੁੰਚ ਜਾਣ ਤਿਆਰ ਰਕ ਤੇ ਲੱਗ ਹਾਂ ਲੇਟ ਨਾ ਹੋਣ ਬਿਲਕੁਲ ਆਪਾਂ ਜਲਦੀ ਸ਼ੁਰੂ ਕਰ ਦਈਏ ਤਾਂ ਕਿ ਦੂਜੇ ਦਿਨ ਛੁੱਟੀ ਆ ਤਾਂ ਉਹ ਵੇਲਾ ਦਨੇ ਹਾਂ ਜ ਆਪਣਾ ਪੂਰਾ ਪੂਰਾ ਨਜਾਇਜ਼ ਅਖੀਰ ਚ ਵਾਈ ਜੀ ਪਿਆਰ ਕਰਨ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਕੁਝ ਵੀ ਆਪਣੇ ਵੱਲੋਂ ਦਿਲ ਬਿਲਕੁਲ ਜੀ ਮੈਂ ਸੀਗਾ ਕਿ ਆਪਣੇ ਮਯਾਰਾਂ ਨੂੰ ਦੁਆਵਾਂ ਵਿੱਚ ਯਾਦ ਰੱਖਾਂ ਆਪਣੇ ਮਯਾਰਾਂ ਨੂੰ ਦੁਆਵਾਂ ਵਿੱਚ ਯਾਦ ਰੱਖਾਂ ਧੁੱਪਾਂ ਚ ਜੋ ਨਾਲ ਸੜੇ ਛਾਵਾਂ ਵਿੱਚ ਯਾਦ ਰੱਖਾਂ ਅੱਜ ਕਿਸੇ ਹੋਰ ਦੇ ਜੋ ਵਿਹੜੇ ਦਾ ਸ਼ਿੰਗਾਰ ਬਣੇ ਹੁੰਦੇ ਸੀ ਕਦੇ ਉਹ ਮੇਰੇ ਸਾਹਾਂ ਵਿੱਚ ਯਾਦ ਰੱਖਾਂ ਵਾਹ ਵਾਹ ਇਹ ਇੱਕ ਗੱਲ ਪੱਕੀ ਏ ਇੱਕ ਗੱਲ ਪੱਕੀ ਏ ਮੈਂ ਇੱਕ ਦਿਨ ਮਰ ਜਾਣਾ ਇੱਕ ਗੱਲ ਪੱਕੀ ਏ ਮੈਂ ਇੱਕ ਦਿਨ ਮਰ ਜਾਣਾ ਇਹੋ ਗੱਲ ਖੁਸ਼ੀਆਂ ਤੇ ਚਾਵਾਂ ਵਿੱਚ ਯਾਦ ਰੱਖਾਂ ਮੰਜ਼ਿਲ ਮਿਲੀ ਮੰਜ਼ਿਲ ਮਿਲੀ ਤਾਂ ਦੇਵੀ ਸਾਰੇ ਦੁੱਖ ਭੁੱਲ ਜਾਣੇ ਉੱਚੇ ਨੀਵੇਂ ਟਿਹੜੇ ਮਿਹੜੇ ਰਾਵਾਂ ਵਿੱਚ ਯਾਦ ਰੱਖਾਂ ਵਾਹ ਵਾਹ ਸੋ ਸਾਰਿਆਂ ਦਾ ਪਿਆਰ ਸਤਿਕਾਰ ਸਿਰ ਮੱਥੇ ਆ ਜੀ ਤੇ ਆਪਾਂ ਦੇ ਨਹੀਂ ਦੇ ਸਕਦੇ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਜੋ ਮੁਹੱਬਤ ਪਿਆਰ ਸਤਿਕਾਰ ਮਿਲਿਆ ਤੇ ਉਹ ਚ ਸਾਰੇ ਤੁਹਾਡੇ মিডিਆ ਵਾਲੇ ਭਰਾ ਜਿੰਨੇ ਨਾਲ ਸਾਰਿਆਂ ਦਾ ਸਤਿਕਾਰ ਤੇ ਬਾਕੀ ਸਪான்ਸਰ ਵੀਰ ਜਿੰਨੇ ਸਾਰੇ ਬਾਕੀ ਹੋਰ ਜਿੰਨੀ ਸੰਗਤ ਹੈ ਜਿੰਨੇ ਭੈਣ ਭਰਾ ਸਾਰੇ ਨੇ ਹੌਸਲਾ ਦਿੱਤਾ ਉਤਸ਼ਾਹ ਦਿੱਤਾ ਤੇ ਉਹਨਾਂ ਸਾਰਿਆਂ ਦਾ ਸ਼ੁਕਰਾਨਾ ਤੇ ਬਾਕੀ ਜੇ ਉਸ ਦਿਨ ਸ਼ਾਮ ਨੂੰ ਫੇਰ ਕੋਸ਼ਿਸ਼ ਪੇ ਆਪਾਂ ਵਧੀਆ ਸ਼ਾਮ ਇੱਕ ਰੰਗੀਨ ਹਸੀਨ ਸੰਗੀਤ ਵਿੱਚ ਸ਼ਾਮ ਬਣਾਈਏ ਕੋਸ਼ਿਸ਼ ਕੀਤੀ ਖਰੀਦੀ ਪੰਜਾਬ ਦੀ ਜੀ ਬਾਈ ਸਾਰੀ ਇੱਕ ਸਾਂਝੀ ਇੱਕ ਸਾਡਾ ਇਕੱਠ ਹੋਣਾ ਜਿੱਦ ਨਾਲ ਬੈਠ ਕੇ ਸਾਰਿਆਂ ਨੇ ਜੀ ਬਾਈ ਜੀ ਬਿਲਕੁਲ ਬਿਲਕੁਲ ਜਿੱਦ ਨਾਲ ਬਸਦੇ ਰਹੋ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜਿਹਨੇ ਤੁਹਾਡੇ ਮੈਸੇਜ ਭੇਜੇ ਨੇ ਵੀਰਾਂ ਨੇ ਬਿਨੀ ਪੈਗਲੇ ਬਾਈ ਹਰ ਮੇਲ ਹੁਣ ਸਾਰੇ ਜਿੰਨੇ ਸੱਜਣ ਹੋਰ ਸਾਰੇ ਸੁਨੇਹੇ ਭੇਜੇ ਸਾਰਿਆਂ ਨੂੰ ਬਹੁਤ ਸਤਿਕਾਰ ਸਤਿ ਸ੍ਰੀ ਅਕਾਲ ਤੇ ਸਾਰੇ ਵੀਰਾਂ ਦਾ ਜੀ ਸਿਹਤ ਤੁਹਾਡੀ ਬਹੁਤ ਵਧੀਆ ਮੈਨੂੰ ਦੇਖ ਕੇ ਰੂਹ ਖੁਸ਼ ਅਰੇ ਮਾਲਕ ਕਿਰਪਾ ਰੱਖੇ ਜੀ ਬਸ ਸੱਚਾ ਪਾਤਸ਼ਾਹ ਸਭ ਨੂੰ ਤੰਦਰੁਸਤੀ ਦੇਵੇ ਜੀ ਵੱਡੀ ਗੱਲ ਆ ਸਭ ਤੋਂ ਹਨਾ ਜੀ ਤੇ ਜਿਵੇਂ ਸ਼ਾਮ 11:12 ਨੂੰ ਫਿਰ ਬੈਠ ਕੇ ਸੁਣਾ ਕੇ ਜੀ ਵਾਜੀ ਬਿਲਕੁਲ ਥੈਂਕ ਯੂ ওকে ਭਾਈ ਸਸਿਕਾ ਜੀ